जाजी का काम करने वाला साड़ी बड़ी वड्डी उत्थे जिहड़ी दुकान सी ओह ते जनक सी उहदा नाम जनक जनक जे कदे कपड़ा लैना हुंदा ना ते असीं उहनूं बुला लैंदे ਉਹ ਘਰ ਥਾਨਾ ਦੇ ਥਾਨ ਲੈ ਕੇ ਆ ਜਾਂਦਾ ਨੌਕਰ ਆਪਣੇ ਨਾਲ ਲੈ ਕੇ ਦੋ ਚਾਰ ਥਾਨ ਲੈ ਆਉਂਦਾ ਅਤੇ ਫਿਰ ਅਤੇ ਉੱਥੇ ਪਤਾ ਨਹੀਂ ਕੀ ਰਿਵਾਜ਼ ਸੀ ਇਕੱਠਾ ਹੀ ਕੱਪੜਾ ਲੈ ਕੇ ਅੰਦਰ ਰੱਖ ਲੈਂਦੇ ਥਾਨ ਰੱਖ ਲੈਂਦੇ ਸੀ ਥਾਨ ਲੈ ਕੇ ਅੰਦਰ ਪੇਟੀਆਂ ਭਰੀ ਪਈਆਂ ਕੱਪੜਿਆਂ ਦੀਆਂ ਅਤੇ ਗਲੀ 'ਚ ਵੀ ਵੇਚਣ ਆਉਂਦੇ ਹੁੰਦੇ ਸੀ ਓਕੇ ਅਤੇ ਦੋ ਘੋੜੇ ਦੀ ਬੋਸਕੀ ਉੱਥੇ ਬੜੀ ਮਸ਼ਹੂਰ ਸੀ ਅੱਛਾ ਅਤੇ ਇੱਕ ਨਿਹਾਲਾ ਸੀ ਉਹਦਾ ਨਾਂ ਹਾਂਜੀ ਉਹ ਆਉਂਦਾ ਹੁੰਦਾ ਸੀ ਅਤੇ ਉਹ ਨਾ ਹਰੇਕ ਸਬ ਉਹਨੇ ਕੱਪੜਾ ਵੇਚਣਾ ਢਾਈ ਜਾਂਦੇ ਗਾਜ ਉਹਨੇ ਆਉਂਦਿਆਂ ਰੌਲਾ ਪਾਉਣਾ ਲੁੱਟ ਲਓ ਨਿਹਾਲਾ ਢਾਈ ਜਾਂਦੇ ਗਾਜ ਅਮਰਸਾ ਨਿਹਾਲਾ ਸੀ ਅਮਰਸਾ ਨਿਹਾਲਾ ਅੱਛਾ ਜੀ ਅਤੇ ਉਹ ਤਾਂ ਸਾਡੀ ਗਲੀ ਵਿੱਚ ਸੀ ਸਾਡੇ ਸਾਹਮਣੇ ਹੀ ਰਹਿੰਦਾ ਸੀ ਅਤੇ ਦੁਕਾਨ ਸੀਗੀ ਉਹਦੀ ਉਹਦੇ ਹਾਂ ਉੱਥੇ ਦੁਕਾਨਾਂ ਸੀ ਛੋਟਾ ਜਿਹਾ ਘਮਿਆਰਾਂ ਦਾ ਮਤਲਬ ਪਰ ਕੱਚੇ ਮਕਾਨ ਕੱਚੇ ਮਕਾਨ ਆਪਣੇ ਮਕਾਨ ਉਹਨਾਂ ਵਿੱਚ ਆ ਜਾਂਦੇ ਕੱਚੇ ਕੱਚੇ ਕਿਸ ਪਾਸੇ ਸੀਗਾ ਘਮਿਆਰਾਂ ਦਾ ਮਤਲਬ ਸਾਡਾ ਉੱਥੇ ਨਾਲ ਹੀ ਸੀ ਅਤੇ ਉਹ ਇੱਕ ਘਮਿਆਰਾਂ ਨਾਲ ਉਹਦਾ ਕਰਤਾਰ ਸੀ ਉਹ ਵੀ ਮੇਰੇ ਭਰਾ ਵੱਡੇ ਨਾਲ ਪੜ੍ਹ ਡਾਕਟਰ ਮਾਲਤੀ ਤਾਂ ਸਰਕਾਰੀ ਡਾਕਟਰ ਸੀਗੇ ਕਈ ਲੋਕ ਪ੍ਰਾਈਵੇਟ ਪ੍ਰੈਕਟਿਸ ਵੀ ਕਰਦੇ ਨੇ ਸਾਡੇ ਉੱਥੇ ਪ੍ਰਾਈਵੇਟ ਡਾਕਟਰ ਸੀ ਅੱਛਾ ਇੱਕ ਦਾ ਸਾਈਂਦਾਸ ਡਾਕਟਰ ਸਾਈਂਦਾਸ ਅੱਛਾ ਡਾਕਟਰ ਇਸ਼ਰਦਾਸ ਵਾਲੇ ਹਕੀਮ ਵੈਦ ਵੀ ਹੁੰਦੇ ਸੀ ਹਾਂ ਉਹ ਵੀ ਸਾਡੇ ਦੁਕਾਨ ਹੈ ਸੀ ਸੀਗਾ ਅੱਛਾ ਕੌਣ ਸੀਗੇ ਤੁਹਾਡੇ ਪ੍ਰਭਾਕਰ ਸੀ ਪਤਾ ਨਹੀਂ ਉਹਦੀ ਜਾਤ ਸੀ ਪ੍ਰਭਾਕਰ ਕੇ ਨਾਂ ਸੀ ਪ੍ਰਭਾਕਰ ਦੀ ਦੁਕਾਨ ਤੇ ਆਉਂਦਾ ਹੁੰਦਾ ਸੀ ਲਹਿੰਗੀ ਲੈ ਕੇ ਆਉਂਦਾ ਸੀ ਅੱਛਾ ਤੇ ਉਹਦਾ ਨਾਂ ਹਜ਼ਾਰਾ ਸੀ ਅੱਛਾ ਜੀ ਹਜ਼ਾਰਾ ਆ ਗਿਆ ਸੀ ਰੌਲਾ ਪਾ ਦਿੰਦੇ ਨਾ ਖਾਣ ਜੋ ਦਾ ਉਹਨੇ ਦਾਲ ਫੁਲੀਆਂ ਖੀਰ ਛੋਲੇ ਲੈ ਲਓ ਅੱਛਾ ਜੀ ਉਹਦੇ ਕੋਲ ਲੈਂਦੇ ਹੁੰਦੇ ਸੀ ਓਕੇ ਇੱਕ ਤੁਸੀਂ ਹਜ਼ਾਰੇ ਦਾ ਨਾਂ ਦੱਸਿਆ ਦੂਜਾ ਮਾਜੀ ਕੋਈ ਹੋਰ ਕੁਲਫੀ ਵਗੈਰਾ ਵੇਚਣ ਵਾਲਾ ਕੋਈ ਆਂਦਾ ਹੋਵੇ ਹਾਂ ਤੇ ਉਹਨੂੰ ਬਰਫ ਬੋਲਦੇ ਸਨ ਪਰ ਹੈ ਤੇ ਬੜੀ ਟੇਸਟੀ ਹੁੰਦੀ ਸੀ ਅੱਛਾ ਜੀ ਪਰ ਚਾਕੂ ਨਾਲ ਕੱਟ ਕਰਕੇ ਥੋੜੀ ਥੋੜੀ ਪੱਤਿਆਂ ਤੇ ਦੇ ਦਿੰਦਾ ਹੁੰਦਾ ਸੀ ਸਵਰਨ ਵਰਦੀ ਵਾਲਾ ਸਵਰਨ ਮੈਰੇ ਸੀ ਅੱਛਾ ਸ਼ੰਕਰ ਸੀ ਉਹਦਾ ਨਾਂ ਓਕੇ ਸ਼ੰਕਰ ਵੇਚਦਾ ਸੀਗਾ ਸ਼ੰਕਰ ਉਹਦੀ ਦੁਕਾਨ ਸੀ ਕਿੱਥੇ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਅੱਛਾ ਤੇ ਪਾਨ ਵੀ ਵੇਚ ਰਿਹਾ ਹੁੰਦਾ ਸੀ ਅੱਛਾ ਸ਼ੰਕਰ ਪਾਨ ਵੀ ਚੱਲਦਾ ਸੀਗਾ ਕਿਲੇ ਪਾਨ ਚੱਲਦਾ ਹੀ ਹੋਏਗਾ ਤਾਂ ਜਿਹੜਾ ਵੇਚਦਾ ਹੋਏਗਾ ਅੱਛਾ ਅੱਛਾ ਪਰ ਮੈਨੂੰ ਇੰਨਾ ਮੈਨੂੰ ਨਹੀਂ ਪਤਾ ਪਰ ਉਹਦੀ ਦੁਕਾਨ ਤੇ ਹੁੰਦਾ ਸੀ ਅੱਛਾ ਪਾਨ ਹੁੰਦਾ ਸੀ ਤੇ ਬੋਤਲਾਂ ਵੇਚਦਾ ਸੀ ਬੰਟੇ ਤੇ ਬੜੀ ਸਸਤੀ ਸਬਜ਼ੀ ਹੁੰਦੀ ਸੀ ਅੱਛਾ ਪੈਸੇ ਪੈਸੇ ਧੇਲੇ ਧੇਲੇ ਦਾ ਸਮਾਨ ਉਦੋਂ ਮਿਲਦਾ ਹੁੰਦਾ ਸੀ ਓਕੇ ਇਹ ਉੱਥੇ ਇੱਕ ਜੇ ਆ ਆਦਮੀ ਵੀ ਵੇਚਦੇ ਸੀ ਪਰ ਮੈਂ ਤਾਂ ਜ਼ਿਆਦਾ ਇੱਕ ਰੇਸ਼ਮਾ ਸੀ ਅੱਛਾ ਉਹਦਾ ਨਾਂ ਰੇਸ਼ਮਾ ਸੀ ਉਹ ਵੇਚਦੀ ਹੁੰਦੀ ਸੀ ਅੱਛਾ ਜੀ ਹਾਂ ਸਬਜ਼ੀ ਉਹਦੇ ਕੋਲ ਜ਼ਿਆਦਾਤਰ ਕੋਈ ਹੋਸਪਿਟਲ ਵਗੈਰਾ ਲੇਡੀਜ਼ ਥੋੜ੍ਹੀ ਜਾਂਦੀਆਂ ਸੀ ਉਹੀ ਹੁੰਦੀ ਸੀ ਉਹਦਾ ਨਾਂ ਹਲਵਾਨੋ ਸੀ ਹਲਵਾਨੋ ਹਲਵਾਨੋ ਉਹੀ ਉੱਥੋਂ ਦੀ ਮਸ਼ਹੂਰ ਇੱਕੋ ਹੀ ਜਮਾਦਾਰ ਨਹੀਂ ਆਉਂਦੀ ਹੁੰਦੀ ਸੀ ਸਾਡੇ ਘਰ ਹਾਂ ਉਹ ਬੇਗਮ ਉਹਦਾ ਨਾਂ ਸੀ ਬੇਗਮ ਸੀ ਉਹ ਉੱਥੇ ਗਏ ਹੁਕਮੀ ਮਾਸ਼ੀ ਉਹਨੂੰ ਕਹਿੰਦੇ ਹੁੰਦੇ ਅਤੇ ਸਾਡੀ ਮਾਂ ਨੇ ਕਹਿਣਾ ਜਾ ਹੁਕਮੀ ਮਾਸ਼ੀ ਨੂੰ ਬੁਲਾ ਲਿਆ ਸਾਡੀ ਕਣਕ ਸਾਫ਼ ਕਰ ਲਿਆ ਇੱਕ ਸਾਡੇ ਕਿਲੇ ਦਾ ਹੀ ਸੀ ਉਹਦਾ ਨਾਂ ਬੂਰਾ ਸੀ ਬੂਰਾ ਹਾਂ ਅਤੇ ਜੇ ਅਸੀਂ ਜਾਣਾ ਹੁੰਦਾ ਤਾਂ ਉਹਨੂੰ ਬੁਲਾ ਲੈਂਦੇ ਉਹਦੇ ਘਰੋਂ ਬੁਲਾ ਲੈਂਦੇ ਨਹੀਂ ਤਾਂ ਉਹ ਤਾਂ ਸਟੇਸ਼ਨ 'ਤੇ ਘੁੰਮਦਾ ਰਹਿੰਦਾ ਸੀ ਹੁਣ ਪਤਾ ਸੀ ਗੱਡੀ ਦਾ ਟਾਈਮ ਹੈ ਇਸ ਵੇਲੇ ਅਤੇ ਫਿਰ ਉਹ ਚੁੱਕੇ ਸਾਡੇ ਘਰ ਲਿਆ ਮਾਤਾ ਜੀ ਇਹਨਾਂ ਦੇ ਘਰ ਕਿੱਥੇ ਸੀ ਇਹ ਤਿੰਨੋਂ ਲੇਡੀਜ਼ ਦੇ ਇਹਨਾਂ ਦਾ ਤਾਂ ਮਸਜਿਦ ਵੱਲ ਘਰ ਸੀ ਇਹਨਾਂ ਦੇ ਕੱਚੇ ਕੱਚੇ ਘਰ ਹੁੰਦੇ ਸੀ ਉਕਮੀ ਦੇ ਹਾਂ ਅੱਛਾ ਇਹਦੇ ਕੱਚੇ ਜਿਹੜੀ ਸ਼ੀਆ ਮਸਜਿਦ ਸੀਗੀ ਹਾਂਜੀ ਉਸ ਪਾਸੇ ਉਕਮੀ ਦਾ ਘਰ ਸੀ ਹਾਂ ਤੇ ਇਹ ਜਿਹੜੀ ਦਾਈ ਸੀਗੀ ਉਹ ਕਸ਼ਮੀਰੀ ਮਹੱਲੇ ਸੀ ਕਸ਼ਮੀਰੀ ਮਹੱਲੇ ਸੀ ਉਸ ਪਾਸੇ ਉਸ ਪਾਸੇ ਉਸ ਪਾਸੇ ਹੁੰਦੀ ਮੈਂ ਸਭ ਤੋਂ ਵੱਡਾ ਤਿਆਰ ਹੈ ਨਹੀਂ ਕਹਿੰਦੇ ਹੁੰਦੇ ਸੀ ਕਰਵਾ ਚੌਥ ਨੂੰ ਅੱਛਾ ਅਤੇ ਅੱਜ ਇਹ ਲੇਡੀਜ਼ ਹੁੰਦੀਆਂ ਸੀ ਉੱਦਾਂ ਵਰਤ ਰੱਖਦੀਆਂ ਸਵੇਰੇ 4 ਵਜੇ ਉੱਠ ਕੇ ਸਰਦੀ ਖਾਂਦੀਆਂ ਅਤੇ ਫਿਰ ਸਾਰਾ ਦਿਨ ਭੁੱਖੀਆਂ ਰਹਿੰਦੀਆਂ ਸ਼ਾਮ ਦੇ ਟਾਈਮ ਉਹ ਫਿਰ ਕਰਵਾ ਉਠਾਉਣ ਜਾਂਦੀਆਂ ਅਤੇ ਕਿਸੇ ਦਾ ਘਰ ਇਕਲੇ ਜਿਹਦਾ ਘਰ ਜ਼ਰਾ ਵੱਡਾ ਹੁੰਦਾ ਸੀ ਸਾਡੇ ਤੋਂ ਸਾਹਮਣੇ ਸੀ ਤੁਈਆਂ ਦਾ ਉਹਨਾਂ ਦਾ ਜਿਹੜਾ ਇੱਕ ਕਮਰਾ ਸੀ ਕਾਫੀ ਵੱਡਾ ਸੀ ਉੱਥੇ ਸਾਰੀਆਂ ਲੇਡੀਜ਼ ਆ ਜਾਂਦੀਆਂ ਸੀ ਮਹੱਲੇ ਦੇ ਇੱਕ ਦੁਕਾਨਦਾਰ ਸੀਗੇ ਉਹ ਸਭ ਤੋਂ ਵੱਡੀ ਦੁਕਾਨ ਸੀ ਉਹਦੀ ਸਾਡੇ ਕਿਲੇ ਕਿਸ ਚੀਜ਼ ਦੀ ਬਾਜ਼ਾਰ ਕਿਰਾਣੇ ਦੀ ਸਹੀ ਕਿਰਾਣੇ ਦੀ ਅੱਛਾ ਜੀ ਜੀ ਤੇ ਜ਼ਿਆਦਾਤਰ ਪਿੰਡਾਂ ਦੇ ਲੋਕ ਉਹਦੇ ਕੋਲ ਹੀ ਲੈਂਦੇ ਸੀ ਕਿਉਂਕਿ ਸਮਾਨ ਪੂਰਾ ਰੱਖਦਾ ਸੀ ਬਹੁਤ ਰੱਖਦਾ ਜੀ ਤੇ ਫਿਰ ਜਦੋਂ ਪਾਕਿਸਤਾਨ ਬਣਿਆ ਫਿਰ ਕਹਿੰਦੇ ਉਹਦੇ ਕੋਲ ਚੇਂਜ ਹੈ ਨਾ ਉਹਦੀ ਬੋਰੀ ਭਰੀ ਹੋਈ ਸਿੱਕਿਆਂ ਦੀ ਬੋਰੀ ਸਿੱਕੇ ਦੇ ਉਹਨਾਂ ਫਿਰ ਕੀ ਕੀਤਾ ਘਸੀਟ ਕੇ ਪਤਾ ਨਹੀਂ ਕਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਰੱਖਤਾ ਬਈ ਜਿਹਨੂੰ ਜ਼ਰੂਰਤ
नमस्कार दोस्तों, आदाब, सत श्री अकाल। अज मैं दिल्ली के चढ़ते पासे दे एक रिहायशगाह योजना विहार तो बोल रहा वहाँ, तो मैं अपने माता जी का इंटरव्यू करन लग्या वहाँ। माता जी का मैं सब तो पहले अपने माता जी का ही इंटरव्यू किया जदों पार्टीशन की स्टोरीज़ को कवर करना शुरू किया। माता जी का फस्ट इंटरव्यू सांझा पंजाब चैनल च खादिम हुसैन साहब ने अपलोड किया। इंटरव्यू बड़ा पॉपुलर होया सी, खास करके किला शोभा सिंह जो किला अहमदाबाद कहलाता है, घर घर च लोगों ने माता जी ने वेख्या सी। माँ जी के नाँ तो किले शोभा सिंह माता जी पॉपुलर होए सीगे। उहदे बाद खादिम हुसैन साहब ने माता जी का घर दिखाया सीगा। थर्ड टाइम सावल धामी साहब जदों दिल्ली आए सीगे उदों भी उन्होंने माता जी का इंटरव्यू किया सीगा। रोज़मर्रा दी दिनचर्या च मैं माता जी तो किले दियां बड़ियां गल्लां कीतियां, ते मैनूं एहसास होया कि माता जी कोल हले होर भी बड़ा खजाना है। माता जी दी मैमोरी बहुत आला मैमोरी हैगी है, ते मैनूं लग्या कि बहुत सारियां गल्लां ने जो कवर नहीं हो पाईआं सीगियां पिछले दो इंटरव्यूज़ च, ते इस करके माता जी का एक बारी फिर इंटरव्यू किया जाए। ते अज मैं तुहाडे सामने माता जी दे नाल हाजिर है जावा, तो शुरू करते हैं इंटरव्यू का क्रम। नमस्कार माता जी, पैरी पहना की हाल है? ठीक है, सेहत ठीक है, बिल्कुल। अज तुहानू चौथी बारी किला शोभा सिंह की सैर करानी है? अपना पिंड देख के आवांगे। जी माता जी, तो माता जी कई गल्लां रह रही सीगियां, तो मैं सोचा कवर किया जाए। सब तो पहले तो माता जी तुहाडे जिहड़े जज्बात सीगे उन्हां नूं लैके शुरू करदे हां कि जदों चौधरी गुलशाद अदर कंबो साहब ते खादिम हुसैन साहब, खुर्रम भट्ट साहब, इन्हां ने सारिया ने मिल के तुहाडा घर लभ्या, तो फिर तुहाडा घर दिखाया, तुसी तुहाडी की तुहानू कैसा एहसास होया, की फीलिंग सीगे तुसी, वो थोड़ी जी शेयर करो। सब तो पहले मैनूं बड़ा अच्छा लगा, मैनूं इंज लग्या जिस तरह मैं अपने घर विच बैठी हाँ। अच्छा। मैनूं सारा याद आ गया जिहड़ा भुली हुई सी। Okay. वो देख के मैं अपना सारा याद घर अपना याद आ गया, जिते मैं असं बैठते होंगे सी। सर्दियों के बीच असं गन्ना चूसते सी, उपर पौड़ियाँ धुप आती सी, उत्थे सब तो बैठ के गन्ने चूसते होंगे स। अच्छा, सब तो जी। तो होर पूरा अपना घर का जो नक्शा सी तो सारा याद आ गया? याद आ गया, हूँ भी मेरी अखा के अंदर है। अच्छा। हाँ, मैं भाई किस तरह चढ़ के पौड़ियाँ, फिर कि साढ़े मकान बने वास्ते उदो इटा बची दियाँ होनगियाँ, वो भी मैं याद ने। शतीरा। हाँ, तो शतीरा पईआं सी, कमरा साडा अजे तक शतीरा नाल भरिया होया। अच्छा जी, ठीक है। तो कहिंदे ने अजे तक खराब नहीं होईआं, नहीं तो लकड़ी नूं घुण लग जांदा, कुछ हो जांदा, वो उस तरह ही गईआं पईआं। ओ टीक दी होएगी ना, देवदार दी लकड़ी, टीक दी लकड़ी होएगी, वो ये नहीं मैनूं पता किस चीज दी है। जी माता जी। पर मकान भी वो कहिंदे उस तरह ही है। अच्छा। सब कुछ उहदे विच नहीं बदलिया, इत्थों तक कि कहिंदे जिहड़े कपड़े टंगन वालीआं किल्लियां ने ना, ਉਹ ਵੀ ਉਹ ਹੀ ਨੇ। ਅਤੇ ਤੁਹਾਡੇ ਭਰਾ ਨੇ ਵੀ, ਬ੍ਰਦਰ ਨੇ ਵੀ ਵੇਖਿਆ ਹੋਏਗਾ, ਉਹਨਾਂ ਨੂੰ ਵੀ ਬਹੁਤ ਅੱਛਾ ਲੱਗਿਆ। ਠੀਕ ਹੋ ਗਿਆ। ਤੁਸੀਂ ਕਿਚਨ ਵੇਖੀ, ਰਸੋਈ ਵੇਖੀ ਜਿੱਥੇ ਤੁਸੀਂ ਰੋਟੀ ਖਾਂਦੇ ਸੀ, ਯਾਦ ਆਈਆਂ ਗੱਲਾਂ ਕੁਛ? ਸਾਰੀਆਂ ਗੱਲਾਂ ਯਾਦ ਆਈਆਂ। ਉਹਨਾਂ ਉਹ ਅਲਮਾਰੀ ਵਿੱਚ ਸਾਡੇ ਮਾਤਾ ਜੀ ਉਹ ਗਾਜਰ ਦਾ ਹਲਵਾ ਬਣਾ ਕੇ ਰੱਖਦੇ, ਅਤੇ ਅਸੀਂ ਆਉਂਦੇ ਦੌੜੇ ਦੌੜੇ ਉਹ ਹੇਠਾਂ ਬੈਠਦੇ, ਉੱਪਰ ਧੁੱਪ ਵਿੱਚ ਬੈਠਦੇ, ਉਹਦੇ ਵਿੱਚੋਂ ਕੱਢ ਕੇ ਖਾ ਜਾਂਦੇ, ਉਹ ਮੈਨੂੰ ਸਾਰਾ ਯਾਦ ਆ ਗਿਆ। ਬਹੁਤ ਅੱਛਾ। ਅਤੇ ਤੁਸੀਂ ਕੁਛ ਕਹਿਣਾ ਚਾਹੋਗੇ ਖਾਦਿਮ ਹੁਸੈਨ ਸਾਹਿਬ ਨੂੰ, ਚੌਧਰੀ ਗੁਲਸ਼ਾਦ ਕੰਬੋ ਸਾਹਿਬ, ਖੁਰਰਮ ਭੱਟ ਸਾਹਿਬ ਜਿਨ੍ਹਾਂ? ਉਹਨਾਂ ਨੇ ਮੈਨੂੰ ਮੇਰਾ ਘਰ ਦਿਖਾਇਆ, ਅਤੇ ਮੈਂ ਉਹਨਾਂ ਨੂੰ ਬੜਾ ਆਸ਼ੀਰਵਾਦ ਦਿੰਦੀ ਹਾਂ ਕਿ ਬਹੁਤ ਵੱਡੀ ਵੱਡੀ ਉਹਨਾਂ ਦੀ ਉਮਰ ਹੋਵੇ, ਉਹ ਹੋਰ ਵੀ ਸਭ ਨੂੰ ਜਿਹੜੇ ਮੇਰੇ ਵਰਗੇ ਨੇ ਉਹਨਾਂ ਨੂੰ ਦਿਖਾਉਣ, ਉਹਨਾਂ ਦੇ ਘਰ ਬਾਰ ਸਭ ਦਿਖਾਉਣ। ਜੀ। ਅਤੇ ਮੈਨੂੰ ਬੜੀ ਖੁਸ਼ੀ ਹੈ ਵੀ ਉਹਨਾਂ ਨੇ ਮੈਨੂੰ ਆਪਣਾ ਘਰ ਦਿਖਾ ਦਿੱਤਾ। ਜੀ। ਔਰ ਤੁਸੀਂ ਕਿਲ੍ਹਾ ਵੀ ਵਿਖਾਇਆ ਉਹਨਾਂ ਨੇ ਤੁਹਾਨੂੰ, ਸ਼ਹਿਰ ਤੁਹਾਡਾ? ਹਾਂ, ਪੂਰਾ। ਕਿਸੇ ਲੱਗਿਆ ਕਿਲ੍ਹਾ ਦੇਖ ਕੇ ਤੁਹਾਨੂੰ? ਰਸਤੇ ਯਾਦ ਆਏ ਥੋੜ੍ਹੇ ਬਹੁਤ? ਹੈਂ, ਬਿਲਕੁਲ ਯਾਦ। ਅੱਛਾ ਮਾਤਾ ਜੀ, ਤੁਹਾਨੂੰ ਕਿਲ੍ਹੇ ਦੇ ਆਸ ਪਾਸ ਦੇ ਕੁਛ ਹੋਰ ਪਿੰਡ ਯਾਦ ਆਏ? ਸ਼ਹਿਜ਼ਾਦਾ ਗਿੱਲ ਅਤੇ ਬੱਲੋ। ਅੱਛਾ। ਬੱਲੋ ਅਤੇ
ਉਹ ਤੁਸੀਂ ਦੱਸਦੇ ਚਰਖੇ ਬੰਦੇ ਸੀ ਜਿੱਥੇ ਬੜੇ ਮਸ਼ਹੂਰ ਸੀਗੇ ਉਹ ਕਾਲੀ ਪਹਾੜ ਉਹ ਵੀ ਨੇੜੇ ਸੀਗਾ ਕਾਲਾ ਪਹਾੜ ਵੀ ਮੇਰੇ ਖਿਆਲ ਨੇੜੇ ਹੀ ਸੀ ਕਿਉਂਕਿ ਉੱਥੇ ਇੱਕ ਲੇਡੀ ਸੀ ਉਹਦੇ ਪੇਕੇ ਸੀ ਉੱਥੇ ਉਹ ਜਾਂਦੀ ਸੀ ਤਾਂ ਲੋਕ ਉਹਦੇ ਕੋਲ ਚਰਖੇ ਮੰਗਵਾਉਂਦੇ ਹੁੰਦੇ ਸੀ ਓਕੇ ਉੱਥੋਂ ਦੇ ਮੇਰੇ ਖਿਆਲ ਚਰਖੇ ਮਸ਼ਹੂਰ ਸਨ ਅੱਛਾ ਜੀ ਅਤੇ ਸਾਡੀ ਮਾਂ ਨੇ ਵੀ ਮੰਗਵਾਇਆ ਸੀ ਮੇਰੀ ਵੱਡੀ ਭੈਣ ਦਾ ਵਾਸਤੇ ਉਦੋਂ ਲੋਕ ਚਰਖੇ ਜ਼ਰੂਰ ਦਾਦਾ ਦਿੰਦੇ ਹੁੰਦੇ ਸਨ ਅੱਛਾ ਜੀ ਬੜਾ ਸੋਹਣਾ ਸੀ ਉਹ ਸ਼ੀਸ਼ੇ ਲੱਗੇ ਹੋਏ ਸੀ ਅਤੇ ਉਹ ਨਵਾਂ ਹੀ ਸਾਡੇ ਅਜੇ ਉੱਥੇ ਚੰਗਿਆ ਹੋਇਆ ਸੀ ਉਹ ਦਾਜ ਵਾਸਤੇ ਬਣਾਇਆ ਸੀ ਉਹ ਦਾਜ ਵਾਸਤੇ ਠੀਕ ਹੋ ਗਿਆ ਅਤੇ ਤੁਹਾਡੇ ਜਿਹੜੇ ਦਾਦੀ ਜੀ ਸੀਗੇ ਬੇਬੇ ਜੀ ਉਹ ਵੀ ਕਿਤੇ ਜਾਂਦੇ ਸੀ ਤੁਸੀਂ ਝਾਟੋ ਕੀ ਪਿੰਡ ਦਾ ਨਾਂ ਲੈਂਦੇ ਹੋ ਉਹਦੀ ਭੈਣ ਉੱਥੇ ਰਹਿੰਦੀ ਹੁੰਦੀ ਸੀ ਅੱਛਾ ਅਤੇ ਉਹ ਜਾਂਦੀ ਹੁੰਦੀ ਸੀ ਘੋੜੀ 'ਤੇ ਅਤੇ ਮੇਰੀ ਭੈਣ ਵੀ ਉਹਦੇ ਨਾਲ ਜਾਂਦੀ ਹੁੰਦੀ ਸੀ ਝਾਟੋ ਕੀ ਪਿੰਡ ਝਾਟੋ ਕੀ ਜਿਸ ਵਕਤ ਅਸੀਂ ਆਉਂਦੇ ਨਾ ਫਿਰ ਅਲੀਪੁਰ ਸਜਦਾ ਸਟੇਸ਼ਨ ਇੱਕ ਆਉਂਦਾ ਸੀ ਉਹਦੇ ਬਾਅਦ ਸਾਡਾ ਕਿਲ੍ਹਾ ਸੋਭਾ ਸਿੰਘ ਆਉਂਦਾ ਕਿਉਂਕਿ ਅਸੀਂ ਨਾ ਫਿਰ ਪਹਿਲਾਂ ਹੀ ਤਿਆਰ ਹੋਣ ਲੱਗ ਜਦੋਂ ਅਲੀਪੁਰ ਸਜਦਾ ਆਉਂਦਾ ਅਸੀਂ ਪਹਿਲਾਂ ਹੀ ਤਿਆਰ ਹੋਣ ਲੱਗ ਜਾਂਦੇ ਬਈ ਹੁਣ ਸਾਡਾ ਕਿਲ੍ਹਾ ਆਉਣਾ ਓਕੇ ਇਸ ਕਰਕੇ ਅਤੇ ਤੁਸੀਂ ਜਦੋਂ ਅੰਮ੍ਰਿਤਸਰੋਂ ਹਾਂ ਅੰਮ੍ਰਿਤਸਰੋਂ ਜਦੋਂ ਅਸੀਂ ਕਿਲ੍ਹਾ ਸੋਭਾ ਸਿੰਘ ਆਉਂਦੇ ਸੀ ਓਕੇ ਅਤੇ ਪਹਿਲਾ ਸਟੇਸ਼ਨ ਲਾਸਟ ਸਾਡਾ ਉਹਦੇ ਬਾਅਦ ਕਿਲ੍ਹਾ ਸੋਭਾ ਸਿੰਘ ਆਉਂਦਾ ਸੀ ਠੀਕ ਹੋ ਗਿਆ ਅਲੀਪੁਰ ਸਜਦਾ ਠੀਕ ਹੋ ਗਿਆ ਉਸ ਵਕਤ ਨਾਰੋਵਾਲ ਪਹਿਲੇ ਆਉਣਾ ਉਹਦੇ ਬਾਅਦ ਫਿਰ ਹੋਰ ਛੋਟੇ ਮੋਟੇ ਸਟੇਸ਼ਨ ਆਉਂਦੇ ਸੀ ਉਹਨਾਂ ਦਾ ਸਨ ਜਾਂ ਫਿਰ ਅਲੀਪੁਰ ਸਜਦਾ ਸਨ ਤਾਂ ਬਈ ਹੁਣ ਸਾਡਾ ਕਿਲ੍ਹਾ ਆਉਣਾ ਅਸੀਂ ਖੜ੍ਹੇ ਹੋ ਜਾਂਦੇ ਤਿਆਰ ਹੋ ਜਾਂਦੇ ਜਲਦੀ ਜਲਦੀ ਉੱਤਰਨਾ ਠੀਕ ਹੋ ਗਿਆ ਅਤੇ ਮਾਤਾ ਜੀ ਅਲੀਪੁਰ ਸਜਦਾ ਤਾਂ ਇੱਕ ਦਰਗਾਹ ਵੀ ਹੈਗੀ ਹੈ ਬੜੀ ਮਸ਼ਹੂਰ ਉਹ ਤੁਹਾਨੂੰ ਕੁਛ ਆਈਡੀਆ ਮੈਨੂੰ ਉਂਝ ਦਾ ਨਹੀਂ ਪਤਾ ਪਰ ਮੈਨੂੰ ਕੁਛ ਕੁਛ ਯਾਦ ਆਉਂਦੀ ਹੈ ਅੱਛਾ ਕਿਉਂਕਿ ਮੇਰਾ ਇੱਕ ਵੱਡਾ ਬ੍ਰਦਰ ਸੀ ਉਹਦੀ ਡੈਥ ਹੋ ਗਈ ਸੀ ਅਤੇ ਸਾਨੂੰ ਉੱਥੇ ਬੜੇ ਹੁਣ ਮੇਰੀ ਮਾਂ ਨੂੰ ਕਹਿੰਦੇ ਹੁੰਦੇ ਸੀ ਵੀ ਉੱਥੇ ਜਾ ਕੇ ਪੁੱਛੋ ਕੋਈ ਉੱਥੇ ਦਰਗਾਹ ਹੈ ਪਰ ਮੇਰੇ ਪਿਤਾ ਜੀ ਸੀ ਨਾ ਹਾਂਜੀ ਫਾਦਰ ਸੀ ਉਹ ਨਹੀਂ ਸੀ ਮੰਨਦੇ ਹੁੰਦੇ ਕਹਿੰਦੇ ਉਹਨਾਂ ਕੀ ਕਰਨਾ ਓਕੇ ਅਤੇ ਫਿਰ ਜਦੋਂ ਉਹਦੀ ਡੈਥ ਹੋ ਗਈ ਫਿਰ ਮੇਰੀ ਮਦਰ ਦੇ ਦਿਲ ਵਿੱਚ ਸੀ ਉਹ ਫਿਰ ਇੱਕ ਲੇਡੀ ਦੇ ਨਾਲ ਗਏ ਸੀ ਇੰਨਾ ਮੈਨੂੰ ਪਤਾ ਅੱਛਾ ਇਹ ਨਹੀਂ ਪਤਾ ਕੀ ਪੁੱਛਿਆ ਪਰ ਇਹ ਵੀ ਉਹ ਕਹਿੰਦੇ ਜਦੋਂ ਮੈਂ ਗਈ ਉੱਥੇ ਉਹਨਾਂ ਮੈਨੂੰ ਕਿਹਾ ਹੁਣ ਤਾਂ ਕਿਤੇ ਰਹਿਣ ਦਾ ਕੀ ਫਾਇਦਾ ਅੱਛਾ ਜੀ ਠੀਕ ਹੋ ਗਿਆ ਕਹਿੰਦੇ ਫਿਰ ਮੈਨੂੰ ਬੜਾ ਦੁੱਖ ਲੱਗਾ ਮੈਂ ਹੋ ਸਕਦਾ ਮੈਂ ਪਹਿਲੇ ਪਹੁੰਚਦੀ ਅਤੇ ਮੈਨੂੰ ਕੁਛ ਦੱਸਦੇ ਉਹਨਾਂ ਦੇ ਅੰਦਰ ਮਲਾਲ ਰਿਹਾ ਇਸ ਗੱਲ ਦਾ ਮਾਤਾ ਜੀ ਦੁੱਖ ਰਿਹਾ ਇਸ ਗੱਲ ਦਾ ਸਦਾ ਵਾਸਤੇ ਰਹਿ ਗਿਆ ਅਤੇ ਕੌਣ ਲੇਡੀ ਲੈ ਕੇ ਗਈ ਸੀ ਤੁਹਾਡੇ ਮਾਤਾ ਜੀ ਨੂੰ ਉੱਥੇ ਸਾਡੇ ਉੱਥੇ ਮੋਦੀ ਸੀ ਇੱਕ ਅੱਛਾ ਉਹਨਾਂ ਦੀ ਭਰਜਾਈ ਆਉਂਦੀ ਹੁੰਦੀ ਸੀ ਛੁੱਟੀਆਂ 'ਚ ਉਹ ਲੈ ਕੇ ਉਹ ਬੜੀ ਚੁਸਤ ਮਾਂ ਜੀ ਇੱਕ ਕਿਲ੍ਹੇ ਦੇ ਕੋਈ ਹੋਰ ਜਿਹੜੇ ਰਈਸ ਲੋਕ ਸੀਗੇ ਉਹਨਾਂ ਦਾ ਕੁਛ ਲੋਕਾਂ ਦਾ ਤੁਸੀਂ ਨਾਂ ਨਹੀਂ ਲਿਆ ਸੀ ਪਿਛਲੇ ਇੰਟਰਵਿਊ ਵਿੱਚ ਢੂੰਡਾ ਸ਼ਾਹ ਤੁਸੀਂ ਨਾਂ ਲਿੱਤਾ ਸੀਗਾ ਤੇ ਨਿਰੰਜਨ ਸ਼ਾਹ ਨਹੀਂ ਸੀ ਤੁਸੀਂ ਨਿਰੰਜਨ ਸ਼ਾਹ ਵੀ ਕਾਫੀ ਵੱਡਾ ਆਦਮੀ ਸੀਗਾ ਅੱਛਾ ਜੀ ਸ਼ਾਹ ਜੀ ਨੂੰ ਬੋਲਦੇ ਸਨ ਉਹ ਅੱਛੇ ਸਨ ਉਹ ਕਿੱਥੇ ਸੀਗਾ ਨਿਰੰਜਨ ਸ਼ਾਹ ਦਾ ਘਰ ਤੁਹਾਡੇ ਘਰ ਨੇੜੇ ਸੀ ਸਾਡੇ ਘਰ ਤੋਂ ਨੇੜੇ ਇੱਕ ਡਾਕਟਰ ਅਜ਼ੀਮੁੱਲਾ ਸਾਹਿਬ ਨੇ ਲਾਹੌਰ ਕੰਸਲਟੈਂਟ ਹੈਗੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਦੀ ਦਾਦੀ ਸੀਗੀ ਜਿਹੜੀ ਕਿਲ੍ਹੇ ਸੀਗੇ ਉਹਨਾਂ ਦੇ ਦਾਦੀ ਜਾਨ ਉਹ ਬੇਵਾ ਸੀਗੇ ਅਤੇ ਉਹ ਦੱਸਦੇ ਨੇ ਬਰਕਤ ਬੀਬੀ ਜੀ ਉਹਨਾਂ ਦੀ ਦਾਦੀ ਦਾ ਨਾਂ ਸੀ ਉਹ ਕਹਿੰਦੇ ਨੇ ਕਿ ਇੱਕ ਮਲਕੀ ਰਾਮ ਵੀ ਸੀਗਾ ਬੜਾ ਅਮੀਰ ਆਦਮੀ ਕਿਲ੍ਹੇ ਦਾ ਉਹ ਵਿਆਜ 'ਚ ਪੈਸਾ ਦਿੰਦਾ ਸੀਗਾ ਤੁਸੀਂ ਨਾ ਹਾਂ ਵਿਆਜ ਇਹ ਦਿੰਦਾ ਪਿਆਸ ਵਿਆਜ ਵਿੱਚ ਅਤੇ ਤੁਸੀਂ ਮਲਕੀ ਰਾਮ ਦਾ ਨਾਂ ਸੁਣਿਆ ਮਾਤਾ ਜੀ ਹਾਂ ਮਲਕੀ ਰਾਮ ਮੈਂ ਢੂੰਡਾ ਸ਼ਾਹ ਹਾਂਜੀ ਹੋਰ ਨਿਰੰਜਨ ਸ਼ਾਹ ਅੱਛਾ ਇਹ ਤਿੰਨ ਵੱਡੇ ਆਦਮੀ ਸੀ ਕੋਈ ਹੋਰ ਤੁਹਾਨੂੰ ਨਾਂ ਯਾਦ ਆਇਆ ਤੁਸੀਂ ਛੋਟੇ ਸੀਗੇ ਕਦੀ ਮਾਰਕੀਟ ਤੋਂ ਸੌਦਾ ਵਗੈਰਾ ਕੁਛ ਲੈ ਕੇ ਆਉਂਦੇ ਸੀਗੇ ਹਾਂ ਸਬਜ਼ੀ ਅਸੀਂ ਲਿਆਉਂਦੇ ਸੀ ਸਾਡੀ ਮੈਂ ਹੀ ਜਾਂਦੀ ਹੁੰਦੀ ਸੀ ਮੇਰੀ ਮਾਂ ਮੰਮੀ ਕਹਿੰਦੇ ਉੱਥੇ ਲੈਣ ਜਾਂਦੇ ਸੀ ਅਤੇ ਬੜੀ ਸਸਤੀ ਸਬਜ਼ੀ ਹੁੰਦੀ ਸੀ ਅੱਛਾ ਪੈਸੇ ਪੈਸੇ ਧੇਲੇ ਧੇਲੇ ਦਾ ਸਮਾਨ ਉਦੋਂ ਮਿਲਦਾ ਹੁੰਦਾ ਸੀ ਓਕੇ ਇਹ ਉੱਥੇ ਇੱਕ ਜੇ ਆਦਮੀ ਵੀ ਵੇਚਦੇ ਸੀ ਪਰ ਮੈਂ ਤਾਂ ਜ਼ਿਆਦਾ ਇੱਕ ਰੇਸ਼ਮਾ ਸੀ ਅੱਛਾ ਉਹਦਾ ਨਾਂ ਰੇਸ਼ਮਾ ਸੀ ਉਹ ਵੇਚਦੀ ਹੁੰਦੀ ਸੀ ਅੱਛਾ ਜੀ ਹਾਂ ਸਬਜ਼ੀ ਉਹਦੇ ਕੋਲ ਲੈ ਕੇ ਆਉਂਦੇ ਹੁੰਦੇ ਸੀ ਵੱਡੀ ਗੱਲ ਸੀ ਇੱਕ ਔਰ ਇੱਕ ਲੇਡੀ ਵੇਚਦੀ ਸੀ ਉਸ ਸਮੇਂ ਹਾਂ ਉਹ ਇਕੱਲੀ ਸੀਗੀ ਲੇਡੀ ਪੂਰੇ ਇਕੱਲੀ ਇਕੱਲੀ ਵੇਚਦੀ ਹੁੰਦੀ ਸੀ ਉਹਦੇ ਨਾਲ ਤਾਂ ਕਿਸੇ ਨੂੰ ਨਹੀਂ ਦੇਖਿਆ ਅੱਛਾ ਅਤੇ ਗੱਲਬਾਤ ਕਦੀ ਹੁੰਦੀ ਸੀ ਬਸ ਸਬਜ਼ੀ ਲਿੱਤੀ ਤੇ ਆ ਗਏ ਸਬਜ਼ੀ ਲੈਣੀ ਇੱਕ ਪੈਸੇ ਦਾ ਫੁੱਲ ਵੱਡਾ ਐਡੇ ਵੱਡੇ ਫੁੱਲ ਪੈਸੇ ਪੈਸੇ ਦੇ ਦੋ ਜਿਹੜਾ ਕੁ ਵੱਡਾ ਹੋਰ ਹੋਣਾ ਦੋ ਪੈਸੇ ਦਾ ਧੇਲੇ ਧੇਲੇ ਦੀਆਂ ਚੀਜ਼ਾਂ ਉਦੋਂ ਆਉਂਦੀਆਂ ਹੁੰਦੀਆਂ ਸੀ ਠੀਕ ਹੋ ਗਿਆ ਠੀਕ ਹੋ ਗਿਆ ਸਭ ਸਬਜ਼ੀਆਂ ਮਿਲਦੀਆਂ ਹੁੰਦੀਆਂ ਪਰ ਅਸੀਂ ਟਮਾਟਰ ਨਹੀਂ ਦੇਖੇ ਟਮਾਟਰ ਤਾਂ ਅਸੀਂ ਦਿੱਲੀ ਆ ਕੇ ਦੇਖੇ ਫਿਰ ਟਮਾਟਰ ਦੇ ਬਗੈਰ ਸਬਜ਼ੀ ਬਣਾਉਂਦੇ ਸੀ ਕਿਲ੍ਹੇ ਓਕੇ ਦਹੀਂ ਵਗੈਰਾ ਪਾਉਂਦੇ ਸੀਗੇ ਨਹੀਂ ਦਹੀਂ ਦੋ ਕੁਛ ਨਹੀਂ ਅੱਛਾ ਜੀ ਉਹ ਸਬਜ਼ੀਆਂ ਦਾ ਹੀ ਬੜਾ ਟੇਸਟ
अच्छा माँ जी, तुसी किले दे खतरियां दे बारे से बड़े नाम भी गिनाए सीगे, ते किले जेड़े महाजन सीगे अरोड़े वो भी सीगे, ते तुहाडा सन्यारे इन्हां नाल भी वास्ता पैंदा है, ते बजाजी दा काम करन वाले लोग, थोड़ा जिहा इन्हां दे बारे च दसो कौन कौन सीगे। हाँ जी, बजाजी दा काम करन वाले साडे बड़ी वड्डी उत्थे जिहड़ी दुकान सी ओह ते जनक सी, उहदा नाम जनक। जनक जे कदे कपड़ा लैणा हुंदा ना ते असीं उहनूं बुला लिआंदे, ਉਹ ਘਰ ਥਾਨਾਂ ਦੇ ਥਾਨ ਲੈ ਕੇ ਆ ਜਾਂਦਾ, ਨੌਕਰ ਆਪਣੇ ਨਾਲ ਲੈ ਕੇ ਦੋ ਚਾਰ ਥਾਨ ਲੈ ਆਉਂਦਾ, ਅਤੇ ਫਿਰ ਅਤੇ ਉੱਥੇ ਪਤਾ ਨਹੀਂ ਕੀ ਰਿਵਾਜ਼ ਸੀ, ਇਕੱਠਾ ਹੀ ਕੱਪੜਾ ਲੈ ਕੇ ਅੰਦਰ ਰੱਖ ਲੈਂਦੇ, ਥਾਨ ਰੱਖ ਲੈਂਦੇ ਸੀ, ਥਾਨ ਲੈ ਕੇ ਅੰਦਰ ਪੇਟੀਆਂ ਭਰੀ ਪਈਆਂ ਕੱਪੜਿਆਂ ਦੀਆਂ, ਅਤੇ ਗਲੀ 'ਚ ਵੀ ਵੇਚਣ ਆਉਂਦੇ ਹੁੰਦੇ ਸੀ। ਓਕੇ, ਅਤੇ ਦੋ ਘੋੜੇ ਦੀ ਬੋਸਕੀ ਉੱਥੇ ਬੜੀ ਮਸ਼ਹੂਰ ਸੀ। ਅੱਛਾ। ਹਾਂ, ਅਤੇ ਇੱਕ ਨਿਹਾਲਾ ਸੀ ਉਹਦਾ ਨਾਂ। ਹਾਂਜੀ, ਉਹ ਆਉਂਦਾ ਹੁੰਦਾ ਸੀ ਅਤੇ ਉਹ ਨਾ ਹਰੇਕ ਸਬ ਉਹਨੇ ਕੱਪੜਾ ਵੇਚਣਾ ਢਾਈ ਜਾਂਦੇ ਗਾ, ਉਹਨੇ ਆਉਂਦਿਆ ਰੌਲਾ ਪਾਉਂਦਾ, ਲੁੱਟ ਲਓ ਨਿਹਾਲਾ ਢਾਈ ਜਾਂਦੇ ਗਾ ਜੀ, ਲੁੱਟ ਲਓ, ਫਿਰ ਜਨਾਨੀਆਂ ਸਾਰੀਆਂ ਨੇ ਇਕੱਠੀਆਂ ਹੋ ਕੇ ਉੱਥੋਂ ਜਿਹਨਾਂ ਕੋਲ ਪੈਸੇ ਨਹੀਂ ਵੀ ਹੁੰਦੇ ਸੀ ਉਹ ਵੀ ਲੈ ਲੈਂਦੀਆਂ ਸੀ। ਅੱਛਾ, ਅਤੇ ਬਾਅਦ ਵਿੱਚ ਅਗਲੀ ਵਾਰੀ ਆਉਂਦਾ ਅਤੇ ਪੈਸੇ ਲੈ ਲੈਂਦਾ। ਓਕੇ, ਇਸ ਤਰ੍ਹਾਂ ਵੀ ਕਰਦੇ ਸੀ। ਬੜੀ ਉਹ ਮਾਰਕੀਟਿੰਗ ਦਾ ਸਟਾਈਲ ਬੜਾ ਅੱਛਾ ਸੀਗਾ ਨਿਹਾਲੇ ਦਾ, ਅਤੇ ਦੋ ਘੋੜੇ ਦੀ ਬੋਸਕੀ ਨਿਹਾਲਾ ਹੀ ਰੱਖਦਾ ਸੀਗਾ ਜਾਂ ਨਹੀਂ? ਇਹ ਦੋ ਘੋੜੇ ਦੀ ਬੋਸਕੀ ਕੀ ਤਾਂ ਹਰ ਜਗ੍ਹਾ ਮਿਲਦੀ ਸੀਗੀ। ਠੀਕ ਹੋ ਗਿਆ। ਅਤੇ ਮਾਤਾ ਜੀ, ਘਰ ਦੇ ਜਿਹੜੇ ਬਿਸਤਰੇ ਵਗੈਰਾ ਹੁੰਦੇ ਸੀਗੇ, ਥਾਂ ਚਾਦਰਾਂ ਵਗੈਰਾ, ਖੇਸ, ਇੰਨੇ ਵਧੀਆ ਵਧੀਆ ਖੇਸ ਸਾਡੇ ਬਣਦੇ ਸੀ। ਅੱਛਾ, ਉਹ ਕਿਸ ਤੋਂ ਲੈਂਦੇ ਸੀਗੇ? ਉਹ ਕੱਪੜੇ ਆਪੇ ਹੀ ਨਾ ਚਰਖਾ ਸੂਤ ਕੱਤ ਕੇ ਦਿੰਦੇ ਸੀ, ਉਹ ਜਿਹੜੇ ਬਣਾਉਂਦੇ ਨੇ ਉਹਨੂੰ ਕੀ ਬੋਲਦੇ, ਜੁਲਾਏ, ਉਹ ਆਉਂਦੀ ਸੀ ਘਰ ਉਹਨੂੰ ਲੈਂਦੀ। ਉੱਥੇ ਨਾ ਇੱਕ ਤਾਂ ਖੱਦਰ ਬਹੁਤ ਬਣਦਾ ਸੀ, ਉਹਨੂੰ ਰੇਜੇ ਬੋਲਦੇ ਸੀ। ਅੱਛਾ, ਰੇਜੇ ਖੱਦਰ ਦਾ ਹੁੰਦਾ ਸੀ? ਖੱਦਰ ਉਹ ਨਾ ਸਫੇਦ ਰੰਗ ਦਾ ਖੱਦਰ ਹੁੰਦਾ ਸੀ। ਅੱਛਾ, ਬਰਾਹ ਦਾ ਵਿਆਹ ਹੁੰਦਾ ਨਾ ਲੋਕਾਂ ਦਾ, ਇੰਨਾ ਚੌੜਾ ਨੀਰਜ ਹੁੰਦਾ ਸੀ, ਜਿੰਨੀ ਆ ਜਗ੍ਹਾ ਚੌੜੀ ਹੈ ਨਾ ਐਡਾ ਕੁ ਚੌੜਾ, ਬਹੁਤਾ ਉਹਦਾ ਰਜ ਜ਼ਿਆਦਾ ਵੱਡਾ ਨਹੀਂ ਸੀ ਹੁੰਦਾ। ਅੱਛਾ, ਬਰਾਤ ਚੜੀ ਸੀ ਉਹ ਹੀ ਵਿਛਾਉਂਦੇ ਹੁੰਦੇ ਸੀ, ਬੜਾ ਕੁਛ ਹੁੰਦਾ ਸੀ, ਤੇ ਖੇਸ ਬੜੇ ਵਧੀਆ ਬਣਦੇ ਹੁੰਦੇ ਸੀ ਭੂਆ ਕੋਲ, ਤੇ ਅਜੇ ਵੀ ਸੀ ਭੈਣ ਹੋਰਾਂ ਕੋਲ। ਅੱਛਾ ਜੀ, ਸਾਡੀ ਭਾਬੀ ਜੀ ਸਾਡੇ ਰਾਵਲਪਿੰਡੀ ਲੈ ਕੇ ਜਾਂਦੇ ਸੀ ਮਾਣੀ ਵਾਸਤੇ। ਅੱਛਾ, ਅਤੇ ਇਹ ਜਿਹੜੀ ਲੇਡੀ ਤੁਸੀਂ ਕਹਿ ਰਹੇ ਹੋ ਔਰਤ ਜੁਲਾਏ ਕਮਿਊਨਿਟੀ ਤੋਂ ਆਉਂਦੀ ਸੀ, ਇਹਦਾ ਨਾਂ ਪਤਾ ਹੈ ਕਿੱਥੋਂ? ਇਹਦਾ ਨਾਂ ਨਹੀਂ ਪਤਾ। ਅੱਛਾ, ਸੀਗੀ ਕਿਲੇ ਦੀ? ਨਹੀਂ, ਨਾਲ ਦੇ ਪਿੰਡ ਦੀ ਕਿਵੇਂ ਹੋ ਗਈ। ਅੱਛਾ ਅੱਛਾ, ਠੀਕ ਹੈ। ਉਹਨੂੰ ਤੁਸੀਂ ਸੂਤ ਦੇ ਦਿੰਦੇ ਸੀਗੇ? ਤੇ ਉਸੇ ਸੂਤ ਕੱਟ ਕੇ ਦੇ ਦਿੰਦੇ ਹੁੰਦੇ ਸੀ ਉਹ, ਫਿਰ ਉਹ ਬਣਾ ਬਣੋ। ਤੇ ਜਨਾਨੀਆਂ ਘਰ ਸੂਤ ਕੱਟਦੀਆਂ ਸੀ? ਜਨਾਨੀਆਂ ਤੇ ਕਈ ਜਿਹੜੇ ਪੈਸੇ ਵਾਲੇ ਸੀ ਉਹ ਗਰੀਬਾਂ ਕੋਲੋਂ ਕਤਵਾਉਂਦੇ ਵੀ ਸੀ ਪੈਸੇ ਵਾਲੇ। ਅੱਛਾ, ਔਰ ਭੂਆ ਤਾਂ ਨਹੀਂ, ਲੋਕਾਂ ਦਾ ਕੱਟਦੀ ਹੁੰਦੀ ਸੀ ਭੂਆ ਤਾਂ ਨਹੀਂ ਜਿਹੜੀ ਸੀਗੀ। ਓਕੇ, ਤੇ ਇਹਦਾ ਮਤਲਬ ਹੈ ਰਿਵਾਜ਼ ਹਰ ਕਿਸੇ ਨੇ ਚਰਖੇ ਰੱਖੇ ਹੋਣੇ ਨੇ ਆਪਣੇ ਘਰ? ਚਰਖੇ ਤਾਂ ਸਭ ਦੇ ਘਰ, ਤੁਹਾਡੇ ਘਰ ਵੀ ਤੁਸੀਂ ਦੱਸਿਆ? ਸਾਡੀ ਦਾਦੀ ਕੱਟਦੀ ਹੁੰਦੀ ਸੀ। ਤੇ ਕਾਲੇ ਪਹਾੜ ਤੋਂ ਚਰਖੇ ਅਕਸਰ ਆਉਂਦੇ ਸੀ? ਹਾਂ, ਉਹ ਤਾਂ ਕਿਸੇ ਨੇ ਜਿਸ ਤਰ੍ਹਾਂ ਵਿਆਹਾਂ ਸ਼ਾਦੀਆਂ 'ਚ ਉਂਝੇ ਲੋਕ ਲੈਂਦੇ ਹੋਣਗੇ। ਜੀ ਜੀ, ਉੱਥੋਂ ਦੇ ਮਸ਼ਹੂਰ ਬੜੇ ਸੀ। ਓਕੇ ਓਕੇ, ਠੀਕ ਹੋ ਗਿਆ ਮਾਤਾ ਜੀ, ਬੜੀ ਅੱਛੀ ਗੱਲ ਦੱਸੀ। ਅਤੇ ਮਾਤਾ ਜੀ, ਸੁਨਿਆਰਿਆਂ ਦੇ ਬਾਰੇ 'ਚ ਵੀ ਥੋੜ੍ਹਾ ਦੱਸ ਦਿਓ, ਕਿਹੜਾ ਕਿਹੜਾ ਮਸ਼ਹੂਰ ਸੁਨਿਆਰਾ ਸੀਗਾ ਕਿਲਾ ਸੋਭਾ ਸਿੰਘ ਦਾ? ਸਾਡੇ ਇੱਕ ਤਾਂ ਅਮਰ ਸੁਨਿਆਰਾ ਸੀ, ਅਮਰ ਸੁਨਿਆਰਾ। ਅੱਛਾ ਜੀ, ਅਤੇ ਉਹ ਤਾਂ ਸਾਡੀ ਗਲੀ ਵਿੱਚ ਸੀ, ਸਾਡੇ ਸਾਹਮਣੇ ਹੀ ਰਹਿੰਦਾ ਸੀ। ਅਤੇ ਦੁਕਾਨ ਸੀਗੀ ਉਹਦੀ? ਉਹਦੇ, ਹਾਂ, ਉੱਥੇ ਦੁਕਾਨ ਸੀ ਮਾਰਕੀਟ ਦੇ ਵਿੱਚ, ਦੁਕਾਨ ਜਿਹੜੀ ਮੇਨ ਬਾਜ਼ਾਰ ਸੀ ਕਿਲੇ ਦਾ? ਹਾਂ, ਉਹਦੇ ਵਿੱਚ ਹੀ ਸੀ। ਓਕੇ, ਹੋਰ ਵੀ ਸਨ, ਇੱਕ ਹੋਰ ਸੀ, ਉਹ ਦੋ ਭਰਾ ਸੀ ਵੀ ਦੱਸੋ ਅਗਰ। ਹਾਂਜੀ, ਬਾਬੂ ਰਾਮ ਉਹ, ਅਤੇ ਜਿਹੜਾ ਮੇਹਰ ਚੰਦ ਸੀ ਨਾ ਵੱਡਾ ਸੀ, ਉਹਦਾ ਪੁੱਤਰ ਸੀ ਰਾਮ ਲਵਾਇਆ, ਉਹ ਮੇਰੇ ਵੱਡੇ ਭਰਾ ਨਾਲ ਹੀ ਪੜ੍ਹਦਾ ਸੀ, ਇਕੱਠੇ ਹੀ ਦਸਵੀਂ 'ਚ ਪੜ੍ਹਦੇ ਸਨ, ਅਤੇ ਫਿਰ ਨਾ ਉਹ ਬੁਕਿੰਗ ਕਲਰਕ ਬਣ ਗਿਆ ਵੱਡਾ ਹੋ ਕੇ, ਅਤੇ ਉਹ ਮਾਨਸਾ ਮੰਡੀ ਸੀ, ਜਿੱਦਾਂ ਮੇਰਾ ਭਰਾ ਬਠਿੰਡੇ ਗਿਆ ਉੱਥੇ ਉਹਨਾਂ ਨੇ ਉਹਨੂੰ ਪਛਾਣ ਲਿਆ। ਅੱਛਾ, ਅਤੇ ਬੜੀ ਪਛਾਣ, ਫਿਰ ਸਾਡੇ ਬੜਾ ਨਾ ਉਹ ਕਦੇ ਰੋਹ ਮੰਨਦੀ ਸੀ ਨਾ। ਹਾਂਜੀ ਹਾਂਜੀ, ਗੰਨਿਆਂ ਦੀ ਉਹ ਰੋਹ ਕਦੇ ਸ਼ਕਰ ਕੰਦੀਆਂ ਲੈ ਕੇ ਫਿਰ ਉਹ ਸਾਨੂੰ ਦੇਣ ਆਉਂਦਾ ਹੁੰਦਾ ਸੀ, ਮੇਰਾ ਭਰਾ ਅਫਸਰ ਬਣਿਆ ਸੀ। ਅੱਛਾ, ਅਤੇ ਬੁਕਿੰਗ ਕਲਰ ਸੀ, ਫਿਰ ਕੋਈ ਨਾ ਕੋਈ ਉੱਥੋਂ ਦੀ ਇਹ ਵਧੀਆ ਚੀਜ਼ਾਂ ਮਸ਼ਹੂਰ ਹੁੰਦੀਆਂ। ਓਕੇ, ਉਹ ਦੇ ਕੇ ਜਾਂਦਾ। 47 ਦੇ ਬਾਅਦ ਦੀ ਤੁਸੀਂ ਗੱਲ ਦੱਸੀ, 47 ਤੇ ਇਹ ਦੋ ਸੁਨਿਆਰੇ ਮੇਹਰ ਚੰਦ ਅਤੇ ਬਾਬੂ ਰਾਮ, ਦੋ ਭਰਾ ਹੀ ਸੀਗੇ, ਸਕੇ ਭਰਾ ਸੀ। ਇਹ ਕਿਹੜੇ ਮਹੱਲੇ ਰਹਿੰਦੇ ਸੀਗੇ?
ਇਹ ਜਿਹੜਾ ਬਾਬੂ ਰਾਮ ਹੈ ਇਹ ਸਾਡੀ ਗਲੀ 'ਚ ਸੀ। ਅੱਛਾ। ਅਤੇ ਮੇਹਰ ਚੰਦ ਪਰਲੀ ਗਲੀ ਉਹ ਗਲੀ ਦਾ ਨਾਮ ਹੁੰਦਾ। ਅਤੇ ਮਾਤਾ ਜੀ ਇਹਨਾਂ ਦੀ ਮੇਹਰ ਚੰਦ ਅਤੇ ਬਾਬੂ ਰਾਮ ਦੀ ਦੁਕਾਨ ਕਿੱਥੇ ਸੀਗੀ? ਮੇਨ ਬਾਜ਼ਾਰ ਵਿੱਚ ਸੀ। ਮੇਨ ਬਾਜ਼ਾਰ 'ਚ ਸੀਗੀ, ਠੀਕ ਹੋ ਗਿਆ। ਦੁਕਾਨਾਂ ਅਲੱਗ ਅਲੱਗ ਸੀਗੀਆਂ। ਓਕੇ, ਅਲੱਗ ਅਲੱਗ ਦੋਨੋਂ ਭਰਾਵਾਂ ਦੀਆਂ ਅਲੱਗ ਦੁਕਾਨਾਂ ਸੀਗੀਆਂ, ਠੀਕ ਹੋ ਗਿਆ। ਅਤੇ ਜਿਹੜਾ ਅੰਮ੍ਰਿਤਸਰ ਆ ਰਿਹਾ ਸੀਗਾ ਇਹਦੀ ਵੀ ਦੁਕਾਨ ਇਹਨਾਂ ਦੇ ਨੇੜੇ ਹੀ ਸੀਗੀ? ਨਹੀਂ, ਇਹ ਵੀ ਹੋਰਾਂ ਸੀ। ਅੱਛਾ। ਇਹ ਜਨਕ ਸੀ ਨਾ ਜਿਹੜਾ, ਜਨਕ ਬਜਾਜੀ ਵਾਲਾ ਦੱਸਿਆ। ਹਾਂਜੀ, ਉਹਦੇ ਨਾਲ ਕਰ। ਹਾਂਜੀ, ਅੰਮ੍ਰਿਤਸਰ ਆ ਰਿਹਾ ਸੀ ਨਾ ਉਹ ਜਿਹੜਾ ਉਹਦੀ ਵਾਟੀ ਸੀ ਨਾ ਮਾਇਆ। ਹਾਂਜੀ, ਮਾਇਆ ਮਾਇਆ ਉਹਦੀ ਆਵਾਜ਼ ਬੜੀ ਉੱਚੀ ਸੀ, ਕੋਈ ਗੱਲ ਹੋਣੀ ਤਾਂ ਸਾਹਮਣੇ ਖਿੜਕੀ 'ਚ ਆ ਜਾਣਾ ਅਤੇ ਉੱਧਰੋਂ ਮੇਰੇ ਭਾਬੀ ਜੀ ਨੂੰ ਆਪਣੇ ਮੁੰਡਿਆਂ ਨੂੰ ਆਵਾਜ਼ਾਂ ਮਾਰਦੀ ਸੀ, ਵੇ ਜੇ ਸ਼ਾਹ ਕਿਸ਼ਨ, ਵੇ ਰਜੇਸ਼ ਅਤੇ ਕ੍ਰਿਸ਼ਨ ਉਹਦਾ ਮੁੰਡਿਆਂ ਦਾ ਨਾਂ ਸੀ, ਜੇ ਸ਼ਾਹ ਕਿਸ਼ਨ ਵੇ। ਹਾਂਜੀ, ਉੱਚੀ ਉੱਚੀ ਆਵਾਜ਼ਾਂ ਮਾਰਨੀ। ਠੀਕ ਹੋ ਗਿਆ ਜੀ। ਤੁਹਾਡੀ ਗਲੇ 'ਚ ਬੜੀ ਰੌਣਕ ਰਹਿੰਦੀ ਸੀ ਹੈ? ਉਹ ਰੌਣਕ ਲਾਈ ਰੱਖਦੀ ਸੀ। ਤੁਹਾਡੇ ਘਰ ਦੇ ਨੇੜੇ ਸੀ ਉਹਨਾਂ ਦਾ ਘਰ ਵੀ? ਆਮਨੇ ਸਾਹਮਣੇ ਖਿੜਕੀਆਂ ਸੀ। ਅੱਛਾ, ਆਮਨੇ ਸਾਹਮਣੇ ਖਿੜਕੀਆਂ ਸੀ। ਆਮਨੇ ਸਾਹਮਣੇ ਖਿੜਕੀ, ਠੀਕ ਹੋ ਗਿਆ। ਮੈਂ ਤਾਂ ਉਹ ਫਿਰ ਆ ਜਾਂਦੀ ਸੀ ਉਧਰ, ਮੇਰੀ ਮਾਂ ਚਲੇ ਖੜੇ ਹੋ ਜਾਣਾ। ਅੱਛਾ, ਖਿੜਕੀਆਂ 'ਚ ਖੜੇ ਹੋ ਕੇ ਗੱਲਾਂ ਵੀ ਹੁੰਦੀਆਂ ਸੀਗੀਆਂ? ਹੋ ਲੈਂਦੀਆਂ, ਬੜੀ ਰੌਣਕ ਹੁੰਦੀ ਸੀ। ਅਤੇ ਜੇ ਗਰਮੀਆਂ 'ਚ ਤਾਂ ਹੇਠਾਂ ਲੋਕ ਆਪਣੇ ਆ ਜਾਂਦੇ ਸੀ, ਫਿਰ ਤਾਂ ਗਲੀ 'ਚ ਗੱਲਾਂ ਬਾਤਾਂ ਹੁੰਦੀਆਂ। ਮਾਏ ਸਾਹਮਣੇ ਆ ਜਾਂਦੀ ਨਾ, ਮੈਂ ਇੱਕ ਹੋਰ ਗੱਲ ਦੱਸਦੀ ਹਾਂ। ਉਹਨਾਂ ਰੌਣਕੀ ਬੜੀ ਸੀ, ਕੁਛ ਨਾ ਕੁਛ ਕਰਦੀ ਰਹਿੰਦੀ ਸੀ। ਸਾਡੇ ਉਹ ਪੰਜਾਬ 'ਚ ਉਹਨਾਂ ਦਿਨਾਂ 'ਚ ਬੜੀਆਂ ਹੀ ਬਾਰਿਸ਼ਾਂ ਹੁੰਦੀਆਂ ਸੀ, ਰੁਕਦੀ ਕਈ ਕਈ ਦਿਨ ਲਗਾਤਾਰ ਬਾਰਿਸ਼ਾਂ ਹੁੰਦੀਆਂ ਰਹੀਆਂ, ਰੁਕਦੀਆਂ ਨਹੀਂ ਸਨ। ਅਤੇ ਫਿਰ ਉਹਨੇ ਪਤਾ ਕੀ ਕਰਨਾ, ਇੱਕ ਗੁੱਡਾ ਜਿਹਾ ਬਣਾ ਕੇ ਨਾ, ਅਤੇ ਉਹਦੀ ਪਗੜੀ ਉਹਨੂੰ ਬੰਨ੍ਹ ਕੇ, ਅਤੇ ਇੱਕ ਗਠੜੀ ਜਿਹੀ ਬੰਨ੍ਹ ਲੈਣੀ, ਉਹਦੇ ਕੰਧੇ 'ਤੇ ਰੱਖ ਦੇਣੀ, ਕਿਹੜਾ ਹੱਥ 'ਚ ਡਾਂਗ ਫੜਾ ਦੇਣੀ, ਅਤੇ ਖੜਾ ਕਰ ਦੇਣਾ ਛੱਤ 'ਤੇ ਜਾ ਕੇ, ਕਹੇ ਰੱਬਾ ਇਹ ਵਿਚਾਰੇ ਬੁੱਢੇ ਨੇ ਆਪਣੇ ਘਰ ਜਾਣਾ, ਰਸਤਾ ਨਹੀਂ ਲੱਭਦਾ, ਅਤੇ ਤੂੰ ਬਾਰਿਸ਼ ਰੋਕ ਅਤੇ ਕਿਤੇ ਘਰ ਜਾਏ। ਅਸੀਂ ਲੋਕ ਜਦੋਂ ਬਾਰਿਸ਼ਾਂ ਹੁੰਦੀਆਂ ਨਾ ਲਗਾਤਾਰ, ਅਸੀਂ ਕੋਠੇ ਚੜ੍ਹ ਕੇ ਦੇਖਦੇ, ਅਤੇ ਉਹਨੇ ਉਹ ਟੰਗਿਆ। ਮਾਇਓ ਸੁਨਿਆਰਨ, ਬਾਰਿਸ਼ਾਂ ਦੇ ਨਾਲ ਤੁਹਾਨੂੰ ਮਾਇਓ ਸੁਨਿਆਰਨ ਦੇ ਇਸ ਟੋਟਕੇ ਦਾ ਵੀ ਇੰਤਜ਼ਾਰ ਰਹਿੰਦਾ ਹੋਏਗਾ ਕਿ ਹੁਣ ਬਾਰਿਸ਼ ਹੋਈ ਹੈ। ਹੋਏਗੀ ਅਤੇ ਉਹਨੇ ਜ਼ਰੂਰ ਉੱਤੇ ਟੰਗਣਾ। ਅਤੇ ਇਹ ਅੰਮ੍ਰਿਤ ਸੁਨਿਆਰਨ ਜਿਹੜਾ ਨਾ, ਇਹਦਾ ਘਰ ਸਾਡੇ ਸਾਹਮਣੇ ਸੀ। ਅੱਛਾ ਜੀ। ਖਿੜਕੀਆਂ ਸਾਹਮਣੇ ਸੀ, ਅਤੇ ਜਦੋਂ ਹੁੰਦਾ ਸੀ ਨਾ ਜੇ ਉਹਦਾ ਵਿਸਾਖੀ ਦਾ ਮੇਲਾ, ਚੇਤਨ ਜਗਦਿਆਂ ਦਾ ਮੇਲਾ। ਹਾਂਜੀ। ਅਤੇ ਸਾਰੇ ਲੋਕ ਜਾਂਦੇ ਹੁੰਦੇ ਸੀ। ਇੱਕ ਇਹਦੀ ਵਾਈਫ ਦਾ ਨਾਂ ਸੀ ਮਾਇਆ, ਮਾਇਓ, ਅਤੇ ਉਹ ਇੱਕ ਮੇਰੀ ਮਾਂ ਨਹੀਂ ਸੀ ਜਾਂਦੀ ਅਤੇ ਇੱਕ ਇਹ ਨਹੀਂ ਸੀ ਜਾਂਦੀ, ਅਤੇ ਉਹਨੇ ਫਿਰ ਸਾਹਮਣੇ ਖੜੀ ਹੋ ਜਾਣਾ। ਤਾਈ ਪਾਪਾ ਮੇਰੇ ਮਾਤਾ ਜੀ ਨੂੰ ਬੋਲਦੇ ਸੀ, ਤਾਈ ਅਸੀਂ ਤਾਂ ਨਹੀਂ ਜਾਂਦੇ, ਸਾਡੇ ਕਿਲੇ ਨੂੰ ਕੋਈ ਲੁੱਟ ਕੇ ਨਾ ਲੈ ਲੈ ਪਿੱਛਾ, ਅਸੀਂ ਕਾ ਕਿਲੇ ਦੀ ਰਖਵਾਲੀ ਕਰ ਰਹੇ ਹਾਂ। ਓਕੇ, ਬੜੀ ਹਿਊਮਰਸ ਲੇਡੀ ਸੀਗੇ ਜੀ। ਹਾਂ, ਬੜੀ ਮਜ਼ਾਕੀਆ ਸੀ। ਓਕੇ, ਅਤੇ ਫਿਰ ਸਾਨੂੰ ਇਹ ਪਾਰਟੀਸ਼ਨ ਦੇ ਬਾਅਦ ਵੀ ਮਿਲੇ। ਅੱਛਾ। ਜਦੋਂ ਪਾਰਟੀਸ਼ਨ ਹੋ ਗਿਆ ਨਾ, ਹਾਂਜੀ, ਫਿਰ ਸਾਡੇ ਕੋਲ ਦਿੱਲੀ ਆਇਆ। ਅੱਛਾ। ਅਤੇ ਵਿਚਾਰੇ ਲੁੱਟੇ ਪੁੱਟੇ, ਅਸੀਂ ਵੀ ਲੁੱਟੇ ਪੁੱਟੇ ਸੀ, ਪਰ ਫਿਰ ਵੀ ਸਾਡੇ ਕੋਲ ਲੋਕ ਪਤਾ ਨਹੀਂ ਕਿਉਂ ਉਸ ਕੁਛ ਸਮਝਦੇ ਸੀ ਬਈ ਸ਼ਾਇਦ ਇਹਨਾਂ ਕੋਲ ਕੁਛ ਹੈਗਾ। ਅੱਛਾ। ਪੈਸੇ ਉਦੋਂ ਥੋੜ੍ਹੇ ਥੋੜ੍ਹੇ, ਇਸ ਵੇਲੇ ਤਾਂ ਸਾਨੂੰ ਕੁਛ ਵੀ ਨਹੀਂ ਲੱਗਦੇ। ਹਾਂਜੀ। ਪਰ ਉਦੋਂ 100-200 ਰੁਪਏ ਹੀ ਬੜਾ ਚੀਜ਼ ਹੁੰਦਾ ਸੀ। ਅੱਛਾ। ਇਹ ਸਾਡੇ ਕੋਲੋਂ ਲੈ ਕੇ ਗਿਆ, ਕਹਿੰਦਾ ਮੈਂ ਕੋਈ ਬਿਜ਼ਨਸ ਕਰਨਾ, 200 ਰੁਪਇਆ ਦੇ। ਮੇਰੇ ਖਿਆਲ 200 ਤੋਂ ਵੀ ਘੱਟ ਸੀ। ਅੰਮ੍ਰਿਤ ਸੁਨਿਆਰਨ? ਹਾਂ। ਉਹਨੇ ਪਹਿਲੇ ਕੱਪੜਿਆਂ ਦਾ ਸ਼ੁਰੂ ਕੀਤਾ ਕੰਮ। ਅੱਛਾ। ਉੱਥੋਂ ਫਿਰ ਕੁਛ ਕਮਾਇਆ ਜੀ, ਅਤੇ ਫਿਰ ਇਹ ਹਾਪੜ ਚਲਾ ਗਿਆ। ਹਾਪੜ ਯੂਪੀ 'ਚ ਚਲੇ ਗਿਆ ਜੀ। ਉੱਥੇ ਫਿਰ ਇਹਨੇ ਸੁਨਿਆਰੇ ਦੀ ਦੁਕਾਨ ਖੋਲ੍ਹੀ। ਓਕੇ ਓਕੇ, ਉੱਥੇ ਇਹਦੀ ਦੁਕਾਨ ਕੰਮ ਚੱਲ ਗਿਆ, ਉੱਥੇ ਬੜਾ ਚੱਲ ਰਿਹਾ, ਠੀਕ ਹੋ ਗਿਆ। ਅਤੇ ਇਹਨਾਂ ਨਾਲ ਕਦੀ ਰਾਬਤਾ ਹੋਇਆ ਮਾਤਾ ਜੀ, ਮੇਹਰ ਚੰਦ ਬਾਬੂ ਰਾਮ ਨਾਲ 47 ਦੇ ਬਾਅਦ? ਇਹਦੇ ਨਾਲ ਨਹੀਂ, ਉਹ ਰਾਮ ਲਭਾਏ ਲੜਕੇ ਨਾਲ ਹੋਇਆ। ਠੀਕ ਹੋ ਗਿਆ, ਠੀਕ ਹੋ ਗਿਆ। ਇਹਨਾਂ ਦਾ ਪਤਾ ਨਹੀਂ ਹੈ, ਬੱਚਿਆ ਹੈ ਵੀ ਸਨ ਜੀ। ਬਹੁਤ ਅੱਛਾ। ਅੱਛਾ ਮਾਤਾ ਜੀ, ਕੀ ਕਹਿੰਦੇ ਨੇ ਜਿਹੜੇ ਅਰੋੜੇ ਸਾਡੇ ਪਾਸੇ ਲੋਕ ਮਹਾਜਨ ਕਹਿੰਦੇ ਨੇ, ਮਹਾਜਨ ਕਮਿਊਨਿਟੀ ਦੇ ਲੋਕ ਵੀ ਸੀਗੇ ਕਿਲੇ? ਬੜੇ ਸਨ। ਅੱਛਾ। ਇਹ ਵੀ ਬਿਜ਼ਨਸ ਕਰਦੇ ਸੀ, ਦੁਕਾਨਾਂ ਦੁਕਾਨਦਾਰੀ ਕਰਦੇ ਸੀ? ਹਾਂ, ਦੁਕਾਨਦਾਰੀ ਜ਼ਿਆਦਾਤਰ ਲੋਕ ਹੀ ਕਰਦੇ ਸਨ। ਤੁਸੀਂ ਕਿਸੇ ਮਹਾਜਨ ਨੂੰ ਜਾਣਦੇ ਸੀ? ਇੱਕ ਤਾਂ ਸਾਡੇ ਨਾਲ ਹੀ ਸੀ। ਅੱਛਾ। ਉਹਦੀ ਵਾਈਫ ਕੱਪੜੇ ਸੀਂਦੀ ਹੁੰਦੀ ਸੀ, ਅਤੇ ਉਹਦਾ ਨਾਂ ਤਾਂ ਲਾਲਦਾ ਹੀ ਸੀ, ਅਤੇ ਉਹਦਾ ਨਾਂ ਨਹੀਂ ਮੈਨੂੰ ਯਾਦ ਆਉਂਦਾ ਪਿਆ। ਅੱਛਾ। ਅਤੇ ਉਹਦਾ ਮੁੰਡੇ ਦਾ ਨਾਂ ਗਿਆਨ ਸੀ। ਗਿਆਨ ਮੁੰਡੇ ਦਾ ਨਾਂ ਸੀਗਾ। ਹਾਂ, ਪਰ ਉਹ ਆਪਣੇ ਪਿਓ ਨਾਲ ਨਹੀਂ ਸੀ ਕੰਮ ਕਰਦਾ, ਉਹ ਪਤਾ ਨਹੀਂ ਕੀ ਕੰਮ ਕਰਦਾ। ਓਕੇ। ਅਲੱਗ ਸੀ, ਇਹ ਰਿਓੜੀਆਂ ਬਣਾਉਂਦਾ ਹੁੰਦਾ ਸੀ। ਅੱਛਾ। ਰਿਓੜੀਆਂ ਵਗੈਰਾ। ਹਾਂਜੀ ਮਾਤਾ ਜੀ। ਖਰਾਤੀ ਸੀ ਉਹਦਾ ਨਾਂ, ਉਹ ਜਿਹੜਾ ਪਕੌੜੇ ਵੇਚਦਾ ਹੁੰਦਾ ਸੀ। ਖਰਾਤੀ ਦੀ ਪਕੌੜਿਆਂ ਦੀ ਦੁਕਾਨ ਸੀ? ਪਕੌੜਿਆਂ ਦੀ ਦੁਕਾਨ ਸੀ ਬੜੇ, ਇਹਦੇ ਨਾ ਛੋਟੇ ਛੋਟੇ ਆਲੂਆਂ ਦਾ ਪੂਰਾ ਪਰਾਗਾ ਡਰਡਾ ਬਣਾਉਂਦੇ ਸੀ, ਸ਼ਰਰਾ ਉਹਨੂੰ ਬੋਲਦੇ ਹੁੰਦੇ ਸੀ ਲੋਕ,
ਛੋਟੇ ਆਲੂਆਂ ਦੇ ਪਕੌੜੇ ਅੱਛਾ ਸ਼ਰਰਾ ਬਣਾਉਂਦਾ ਸੀ ਤੇ ਲੋਕੀ ਇਹਦੇ ਕੋਲ ਬੜੇ ਪਕੌੜੇ ਦੇ ਬੜੇ ਮਸ਼ਹੂਰ ਸੀ ਬੜੇ ਵਿਕਦੇ ਹੁੰਦੇ ਸੀ ਕਿਉਂਕਿ ਸਾਡਾ ਕਿਲੇ ਨੂੰ ਸ਼ਹਿਰ ਬੋਲਦੇ ਸੀ ਨਾ ਹਾਂਜੀ ਤੇ ਨਾਲ ਦੇ ਪਿੰਡਾਂ ਦੇ ਸਵੇਰੇ ਹੀ ਆ ਜਾਂਦੇ ਸੀ ਅੱਛਾ ਜੀ ਤੇ ਆਪਣੀ ਖਰੀਦੋ ਫਰਾਂਕ ਕਰਨੀ ਫਿਰ ਉਹ ਖਾਂਦੇ ਪੀਂਦੇ ਸੀ ਲੋਕੀ ਓਕੇ ਤੇ ਉਹਦੇ ਨਾਲ ਸੀ ਇਹਦੀ ਹੋ ਜਾਂਦੀ ਕੰਮ ਦੁੱਧ ਵਗੈਰਾ ਦਾ ਕੀ ਹਿਸਾਬ ਕਿਤਾਬ ਸੀ ਕਿੱਦਾਂ ਲੈਂਦੇ ਸੀਗੇ ਕਿਲੇ ਦੁੱਧ ਅਸੀਂ ਤਾਂ ਸਾਨੂੰ ਤੇ ਦੁੱਧ ਇੱਕ ਸੁੰਦਰ ਸੀ ਉਹ ਦੇਣ ਆਉਂਦਾ ਹੁੰਦਾ ਸੀ ਦੁਕਾਨ ਸੀ ਸੁੰਦਰ ਦੀ ਸੁੰਦਰ ਦੀ ਦੁਕਾਨ ਸੀ ਉਹ ਸਾਡੇ ਘਰ ਤੇ ਉਹ ਹੀ ਦੇਣ ਆਉਂਦਾ ਖਤਰੀ ਸੀ ਸੁੰਦਰ ਕੁਛ ਖਤਰੀ ਹੀ ਹੋਏਗਾ ਅੱਛਾ ਤੇ ਬਾਕੀ ਉਹ ਜਿਹੜਾ ਉਹਨੂੰ ਤੇ ਉਹ ਜਿਹੜੇ ਗਵਾਲੇ ਦੇਣ ਆਉਂਦੇ ਹੁੰਦੇ ਸੀ ਸੁੰਦਰ ਨੂੰ ਅੱਛਾ ਉਹ ਪਤਾ ਨਹੀਂ ਆਪ ਹੀ ਲੈ ਕੇ ਆਉਂਦਾ ਸੀ ਕਿਉਂ ਦੇਣ ਆਉਂਦੇ ਪਿੰਡਾਂ ਦੇ ਜਿਹੜੇ ਸੀਗੇ ਸਾਡੇ ਕਿਲੇ ਵੀ ਸੀ ਉੱਥੋਂ ਅਸੀਂ ਗੋਏ ਲਿਆਉਂਦੇ ਹੁੰਦੇ ਸੀ ਉਹ ਵੀ ਦੁੱਧ ਵੇਚਦੇ ਸੀਗੇ ਉਹ ਗਲੀ ਵਿੱਚ ਬਾਕਰਾ ਦੁੱਧ ਵੇਚਣ ਆਉਂਦੇ ਉਹ ਬਾਕਰਾ ਦੁੱਧ ਲੈ ਲਓ ਵੀ ਉਹ ਬਾਕਰਾ ਦੁੱਧ ਅੱਛਾ ਬਾਕਰਾ ਦੁੱਧ ਕੀ ਹੁੰਦਾ ਸੀ ਉਹ ਬੱਕਰੀਆਂ ਬੱਕਰੀ ਦਾ ਦੁੱਧ ਬੱਕਰੀ ਦਾ ਦੁੱਧ ਅੱਛਾ ਇਹ ਗੱਲੇ ਚ ਪਿੰਡ ਦੇ ਲੋਕ ਆਉਂਦੇ ਸੀ ਆਸ-ਪਾਸ ਦੇ ਪਿੰਡਾਂ ਦੇ ਹਾਂ ਆਸ-ਪਾਸ ਦੇ ਪਿੰਡਾਂ ਦੇ ਹੀ ਆਉਂਦੇ ਹੁੰਦੇ ਆ ਅੱਛਾ ਤੇ ਇਹ ਤੇ ਮੁਸਲਮਾਨ ਹੋਣਗੇ ਮੈਨੂੰ ਲੱਗਦਾ ਦੁੱਧ ਦਾ ਕੰਮ ਜ਼ਿਆਦਾ ਕਰਦੇ ਨੇ ਦੁੱਧ ਦਾ ਕੰਮ ਤਾਂ ਜ਼ਿਆਦਾ ਮੁਸਲਮਾਨ ਇਹ ਕੀ ਕਰਦੇ ਸੀ ਬੱਕਰਾ ਦੁੱਧ ਜਿਹੜਾ ਬੱਕਰੀ ਦਾ ਦੁੱਧ ਹੁੰਦਾ ਸੀ ਉਹਦਾ ਕੀ ਇਸਤੇਮਾਲ ਹੁੰਦਾ ਸੀਗਾ ਪਤਾ ਨਹੀਂ ਲੋਕੀ ਸਾਰੇ ਪੀਂਦੇ ਵੀ ਸੀ ਸਾਡੇ ਭਾਬੀ ਜੀ ਵੀ ਕਈ ਵਾਰ ਕੱਚੀ ਲੱਸੀ ਬਣਾਉਂਦੇ ਹੁੰਦੇ ਸੀ ਦੁਪਹਿਰ ਦੇ ਟਾਈਮ ਗੱਲ ਹਾਂਜੀ ਹੋਰ ਨਾ ਤਾਂ ਉੱਥੇ ਤਮਾਸ਼ਾ ਬਈ ਇੱਕ ਭਾਲੂ ਬਾਂਦਰ ਦਾ ਅੱਛਾ ਭਾਲੂ ਦਾ ਤੇ ਇਹ ਸਭ ਸਪੇਰ ਨਹੀਂ ਕਾਂਦੀ ਹੁੰਦੀ ਸੀ ਅੱਛਾ ਜੀ ਉਹਦਾ ਬੜਾ ਵੱਡਾ ਪਟਾਰਾ ਹੁੰਦਾ ਸੀ ਉਸ ਇਹਦਾ ਮੋਟਾ ਸੱਪ ਮੈਂ ਸਿਰ ਤੇ ਚੁੱਕਿਆ ਨਾ ਨਹੀਂ ਮੇਰੇ ਪੁੱਤਰ ਦਾ ਦਾਜ ਇਹ ਮੇਰੇ ਖਿਆਲ ਲੋਕ ਦਾਜਾਂ ਵਿੱਚ ਵੀ ਸੱਪ ਦਿੰਦੇ ਹੋਣਗੇ ਓਕੇ ਸਪੇਰੇ ਆਉਂਦੇ ਸੀਗੇ ਸਪੇਰਨ ਉਹ ਦਿਖਾਉਂਦੀ ਹੁੰਦੀ ਠੀਕ ਹੋ ਗਿਆ ਉਹਦਾ ਇਹ ਵੀ ਤੇ ਇੱਕ ਹੋਰ ਪਤਾ ਨਹੀਂ ਉਹ ਕੀ ਮੇਰੇ ਉਹਨੂੰ ਪਤਾ ਨਹੀਂ ਕੀ ਕਹਿ ਦੇਖ ਇੱਕ ਡੱਬਾ ਜਿਹਾ ਹੁੰਦਾ ਸੀ ਉਹਦੇ ਵਿੱਚ ਅਸੀਂ ਅੱਖਾਂ ਲਗਾ ਕੇ ਦੇਖੇ ਬਾਇਸਕੋਪ ਬਾਇਸਕੋਪ ਹਾਂਜੀ ਉਹ ਬੜਾ ਆਉਂਦਾ ਹੁੰਦਾ ਉਹ ਵੀ ਆਉਂਦਾ ਸੀਗਾ ਤੇ ਇਹਨਾਂ ਨੂੰ ਪੈਸੇ ਦਿੰਦੇ ਸੀ ਤੁਸੀਂ ਸਪੇਰਿਆਂ ਨੂੰ ਬਾਜੀਗਰਾਂ ਨੂੰ ਨਹੀਂ ਜ਼ਿਆਦਾ ਇਹਨਾਂ ਨੂੰ ਤੇ ਜਿਹੜਾ ਸੀ ਬਾਇਸਕੋਪ ਵਾਲਾ ਉਹ ਤੇ ਪੈਸੇ ਲੈ ਲੈਂਦਾ ਸੀ ਆਟਾ ਵੀ ਲੈਂਦਾ ਸੀ ਜ਼ਿਆਦਾਤਰ ਲੋਕ ਉਹਦੇ ਕੋਲ ਆਟਾ ਹੀ ਲੈਂਦੇ ਹੁੰਦੇ ਅੱਛਾ ਆਟਾ ਦਿੰਦੇ ਆਟਾ ਹੀ ਲੋਕ ਦਿੰਦੇ ਪੈਸੇ ਲੋਕਾਂ ਕੋਲ ਘੱਟ ਹੁੰਦੇ ਕੀ ਕਹਿੰਦੇ ਨੇ ਤੁਸੀਂ ਆਪਣੇ ਪਿਛਲੇ ਇੰਟਰਵਿਊ 'ਚ ਸੋਨੀਆ ਦੇ ਮਹੱਲਿਆਂ ਦਾ ਤਾਂ ਜ਼ਿਕਰ ਕੀਤਾ ਕਾਫੀ ਤੁਹਾਡੇ ਜਾਣਨ ਵਾਲੇ ਹੋਰ ਮਹੱਲਿਆਂ 'ਚ ਵੀ ਸੀਗੇ ਕੁਛ ਕੌਣ ਸਾਡੇ ਤੁਹਾਡੇ ਆਪਣੇ ਜਾਣਨ ਵਾਲੇ ਚਾਹੇ ਬਰਾਦਰੀ ਦੇ ਹੋਣ ਜਾਂ ਵੈਸੇ ਹੋਣ ਹਾਂ ਬਥੇਰੇ ਸੀ ਅੱਛਾ ਮੈਂ ਇੱਕ ਸਾਡਾ ਮੋਹਨ ਵਾਲਾ ਖੂਹ ਸੀ ਨਾ ਜਿਹੜਾ ਹਾਂਜੀ ਉੱਥੇ ਸਾਡੀ ਇੱਕ ਚਾਚੀ ਉਹਨੂੰ ਕੀ ਕਹਿੰਦੇ ਸੀ ਰਾਮ ਰੱਖੀ ਉਹਦਾ ਨਾਂ ਰਾਮ ਰੱਖੀ ਸੀ ਉਹਦੇ ਵਾਸਤੇ ਪੰਜ ਛੇ ਮੁੰਡੇ ਬੜੇ ਹੁਣ ਤਾਂ ਬੜੇ ਅੱਛੇ ਨੇ ਜੀ ਸੀ ਜੀ ਜੀ ਅਤੇ ਉਹ ਸੀ ਅੱਛਾ ਉਹ ਉੱਥੇ ਰਹਿੰਦੀ ਸੀ ਠੀਕ ਹੋ ਗਿਆ ਅਤੇ ਮਾਤਾ ਜੀ ਤੁਹਾਡੇ ਇੱਕ ਤੁਸੀਂ ਉਹ ਦੱਸਦੇ ਸੀ ਇੱਕ ਮੁੰਡਾ ਸੀ ਛੋੜਾ ਸ਼ਦਾਈ ਜਿਹਨੂੰ ਕਹਿੰਦੇ ਸੀਗੇ ਅੱਛਾ ਖਰਾਦੀ ਸ਼ਦਾਈ ਹਾਂਜੀ ਉਹਦੇ ਬਾਰੇ 'ਚ ਵੀ ਥੋੜ੍ਹਾ ਦੱਸੋ ਉਹ ਵੀ ਬੜਾ ਖਰਾਬ ਸੀ ਸ਼ਦਾਈ ਚੱਲਾ ਸੀ ਅੱਛਾ ਅਤੇ ਕਈ ਵਾਰੀ ਤੇ ਉਹਨੇ ਵੇਖਣਾ ਨਾ ਇੱਥੇ ਕੋਈ ਨਹੀਂ ਹੈਗਾ ਹਾਂਜੀ ਇੱਕ ਵਾਰੀ ਨਾ ਇੱਕ ਕੁੜੀ ਦੀ ਗੁੱਤ ਤੋਂ ਫਾੜ ਕੇ ਉਹਨੂੰ ਘੁਮਾਤਾ ਅਤੇ ਉਹ ਰੁੜ ਗਿਆ ਛੱਡੇ ਹੀ ਨਾ ਅਤੇ ਉਹ ਸਾਡੀ ਗਲੀ ਵਿੱਚ ਨਾ ਇੱਕ ਉਹ ਸੀ ਸਿਪਾਹੀ ਸੀ ਉਹਦਾ ਨਾਂ ਰਾਮਾ ਸੀ ਉਹਦੇ ਨਾਂ ਤੋਂ ਬੜਾ ਡਰਦਾ ਹੁੰਦਾ ਸਭ ਨੇ ਕਿਹਾ ਉਹ ਰਾਮਾ ਆ ਗਿਆ ਤਾਂ ਉਸ ਕੁੜੀ ਨੂੰ ਛੱਡਿਆ ਨਹੀਂ ਤਾਂ ਰੁੜ ਗਿਆ ਕਮਾਈ ਜਾਏ ਉਹਦੀ ਗੁੱਤ ਤੋਂ ਫੜ ਕੇ ਅੱਛਾ ਜੀ ਪਾਗਲ ਸੀ ਰਾਮਾ ਤੁਹਾਡੀ ਗਲੀ ਦਾ ਹੀ ਸੀਗਾ ਸਾਡੀ ਗਲੀ ਸੋਨੀਆ ਦਾ ਸੋਨੀਆ ਦਾ ਮੁੰਡਾ ਸੀ ਸੋਨੀਆ ਦਾ ਹੀ ਹਾਂਜੀ ਸਾਡੇ ਮਹੱਲੇ ਵਿੱਚ ਉਹ ਸਰਵਰ ਸੀ ਨਾ ਹਾਂਜੀ ਉਹਦੀ ਵਾਈਫ ਸੀ ਜਿਹੜੀ ਇਕਬਾਲ ਹਾਂਜੀ ਅਤੇ ਅਸੀਂ ਬੱਚੇ ਐਵੇਂ ਹੀ ਕਦੇ ਕਿਤੇ ਚੱਲਦੇ ਰਹਿੰਦੇ ਅਤੇ ਉਹਨਾਂ ਨੇ ਨਵਾਂ ਮਕਾਨ ਬਣਾਇਆ ਸੀ ਨਾ ਉਹਦੇ ਵਿੱਚ ਨਲਕਾ ਸੀ ਪੁਰਾਣੇ 'ਚ ਨਹੀਂ ਸੀ ਉੱਥੇ ਉਹ ਕੱਪੜੇ ਧੋਂਦੀ ਹੁੰਦੀ ਸੀ ਅੱਛਾ ਅਤੇ ਸਾਨੂੰ ਕਹਿਣਾ ਕਦੇ ਕਹਿਣਾ ਨਲਕਾ ਗੇੜ ਦਿਓ ਅਸੀਂ ਨਲਕਾ ਨੂੰ ਗੇੜਾ ਕਦੇ ਕਹਿਣਾ ਜਾਂ ਮੈਨੂੰ ਨੀਲ ਲਿਆ ਦਿਓ ਬਾਜ਼ਾਰੋਂ ਅੱਛਾ ਪੈਸੇ ਦੇਣੇ ਉੱਥੇ ਫਿਰ ਅਸੀਂ ਰੰਗਾਂ ਦੀ ਦੁਕਾਨ ਸੀ ਉੱਥੇ ਨੀਲ ਮਿਲਦਾ ਹੁੰਦਾ ਅੱਛਾ ਜੀ ਹਾਂ ਉਹਨੂੰ ਫਿਰ ਨੀਲ ਅਤੇ ਕੀ ਕਹਿੰਦੇ ਨੇ ਪੈਸਿਆਂ ਦਾ ਦਿੰਦੇ ਸੀ ਨੀਲ ਯਾਰ ਹਾਂ ਉਹ ਤੇ ਅਸੀਂ ਪੈਸਿਆਂ ਦਾ ਹੀ ਪੈਸਾ ਦੋ ਪੈਸੇ ਦਾ ਇਹ ਕੌਣ ਸੀ ਦੁਕਾਨਦਾਰ ਕੌਣ ਸੀ ਰੰਗਾਂ ਦਾ ਰੰਗਾਂ ਵਾਲਾ ਦੁਕਾਨਦਾਰ ਸੀ ਨਾ ਨਹੀਂ ਪਤਾ ਮੁਸਲਮਾਨ ਸੀ ਸਾਡੇ ਉਹ ਜਦੋਂ ਅਸੀਂ ਆਪਣੇ ਬਾਜ਼ਾਰ 'ਚ ਵੜਦੇ ਸੀ ਨਾ ਆਪਣੀ ਗਲੀ 'ਚੋਂ ਸਾਹਮਣੇ ਹੀ ਸੀ ਉਹਦੀ ਦੁਕਾਨ ਰੰਗਾਂ ਵਾਲਿਆਂ ਦੀ ਅੱਛਾ ਅਤੇ ਉਹ ਰੰਗ ਹੀ ਵੇਚਦਾ ਸੀ ਮਾਤਾ ਜੀ ਕਹਿੰਦੇ ਨੇ ਕਿਲ੍ਹਾ ਸੋਭਾ ਸਿੰਘ
ਭਾਂਡੇ ਬੜੇ ਮਸ਼ਹੂਰ ਸੀਗੇ ਹਾਂ ਠਠਿਆਰੀ ਬਾਜ਼ਾਰ ਦਾ ਤੁਸੀਂ ਠਠਿਆਰੀ ਬਾਜ਼ਾਰ ਤਾਂ ਮਸ਼ਹੂਰ ਸੀ ਨਾ ਤੁਸੀਂ ਜ਼ਿਕਰ ਕੀਤਾ ਸੀ ਹਾਂ ਉੱਥੇ ਤਾਂ ਕਾਫੀ ਦੁਕਾਨਾਂ ਹੋਣਗੀਆਂ ਪਰ ਉਹ ਤਾਂ ਸਭ ਤੋਂ ਵੱਡੀ ਦੁਕਾਨ ਨਾ ਮਰਵਾਇਆਂ ਦੀ ਸੀ ਮਰਵਾਇਆਂ ਦੀ ਸੀ ਕੀ ਨਾਂ ਸੀਗਾ ਉਹਨਾਂ ਦਾ ਉਹਦਾ ਨਾਮ ਹੈ ਗੰਗਾ ਭਿਸ਼ਨ ਗੰਗਾ ਭਿਸ਼ਨ ਗੰਗਾ ਭਿਸ਼ਨ ਉਹਦੀ ਦੁਕਾਨ ਉਹਦੇ ਪੰਜ ਮੁੰਡੇ ਸੀ ਅੱਛਾ ਤੇ ਉਹ ਮੇਰਾ ਵੱਡਾ ਭਰਾ ਜਿਹੜਾ ਲਾਹੌਰ ਪੜ੍ਹਦਾ ਸੀ ਨਾ ਉਹਦਾ ਮੁੰਡਾ ਵੱਡਾ ਇੱਕੋ ਹੀ ਕਲਾਸ ਫੈਲੋ ਸਨ ਅੱਛਾ ਜੀ ਹਾਂ ਤੇ ਉਹ ਹੀ ਗਏ ਸੀ ਇਕੱਠੇ ਉਹਨੇ ਹੀ ਭੇਜਤਾ ਵਾਪਸ ਨਾਰੋਵਾਲ ਚਿਕਰ ਕਰ ਚੁੱਕਿਆ ਤੁਸੀਂ ਸੁਖਦੇਵ ਸੁਖਦੇਵ ਸੀ ਉਹਨਾਂ ਦਾ ਨਾਂ ਉਹਦਾ ਨਾਂ ਸੁਖਦੇਵ ਹੋਰ ਮੁੰਡਿਆਂ ਦਾ ਨਾਂ ਯਾਦ ਨੇ ਹਾਂ ਸਭ ਦੇ ਯਾਦ ਸਭ ਤੋਂ ਵੱਡਾ ਪਿਆਰਾ ਸੀ ਇਹ ਸੁਖਦੇਵ ਫਿਰ ਬਲਦੇਵ ਪ੍ਰਿਥਵੀ ਤੇ ਅਰਜਨ ਅੱਛਾ ਜੀ ਪੰਜ ਭਰਾ ਤੇ ਤਿੰਨ ਭੈਣਾਂ ਸਨ ਇੱਕ ਸ਼ਾਂਤੀ ਰਾਮ ਲਭਾਈ ਤੇ ਅੰਜਨਾ ਤੇ ਉਹਦੀ ਪਿਆਰੇ ਦੀ ਕੁੜੀ ਸੀ ਛੋਟੀ ਤਾਂ ਕਮਲਾ ਸੀ ਸ਼ਾਇਦ ਅੱਛਾ ਜੀ ਤੇ ਇਹ ਜਿਹੜਾ ਗੰਗਾ ਭਿਸ਼ਨ ਮਰਵਾਇਆ ਸੀ ਸਭ ਤੋਂ ਵੱਡੀ ਦੁਕਾਨ ਸੀ ਇਹਨਾਂ ਦੀ ਇਹਦੀ ਬਹੁਤ ਵੱਡੀ ਸਾਡੇ ਕਿਲੇ ਵਿੱਚ ਸਭ ਤੋਂ ਵੱਡੀ ਦੁਕਾਨ ਸੀ ਬਰਤਨਾਂ ਦੀ ਇਹਦੀ ਵੀ ਵੱਡੀ ਦੁਕਾਨ ਤੇ ਕਦੀ ਅੱਛਾ ਮਾਤਾ ਜੀ ਇਹ ਜਿਹੜੇ ਭਾਂਡੇ ਹੁੰਦੇ ਸੀਗੇ ਇਹ ਜ਼ਿਆਦਾ ਕਿਸ ਕਿਸ ਮਟੀਰੀਅਲ ਦੇ ਮਿਲਦੇ ਸੀਗੇ ਉਸ ਵੇਲੇ ਤਾਂ ਪਿੱਤਲ ਦੇ ਪਿੱਤਲ ਤੇ ਕੈਨ ਦੇ ਭਾਂਡੇ ਜ਼ਿਆਦਾ ਹੁੰਦੇ ਸੀ ਕੈਨ ਦੇ ਭਾਂਡੇ ਹੁੰਦੇ ਸੀ ਪਰ ਮੁਸਲਮਾਨਾਂ ਦੇ ਘਰ ਤੇ ਸਿਲਵਰ ਦੇ ਵੀ ਹੁੰਦੇ ਸੀ ਚਾਂਦੀ ਦਾ ਵੀ ਇਸਤੇਮਾਲ ਕਰਦੇ ਸੀ ਮੁਸਲਮਾਨ ਹਾਂ ਚਾਂਦੀ ਦਾ ਇੰਜ ਹਿੰਦੂਆਂ ਕੋਲ ਵੀ ਬਰਤਨ ਹੁੰਦੇ ਸੀ ਪਰ ਉਹ ਡੇਲੀ ਯੂਜ ਵਾਸਤੇ ਦੇ ਕਿਸੇ ਹੁੰਦੇ ਤੇ ਮੁਸਲਮਾਨ ਸਿਲਵਰ ਕਰਦੇ ਸੀ ਅੱਛਾ ਹਾਂ ਅਸੀਂ ਤੇ ਇੱਥੇ ਆਏ ਨਾ ਜਦੋਂ ਅਸੀਂ ਕਈ ਵਾਰੀ ਕਹਿੰਦੇ ਹੁੰਦੇ ਸੀ ਮੁਸਲਮਾਨਾਂ ਦੇ ਭਾਂਡੇ ਅੱਛਾ ਤੁਸੀਂ ਚਾਂਦੀ ਦੇ ਭਾਂਡੇ ਤੁਹਾਨੂੰ ਲੱਗ ਰਿਹਾ ਸੀ ਮੁਸਲਮਾਨ ਲੋਕ ਜ਼ਿਆਦਾ ਕਰਦੇ ਨੇ ਠੀਕ ਹੋ ਗਿਆ ਅਤੇ ਮਾਤਾ ਜੀ ਇਹ ਕੀ ਕਹਿੰਦੇ ਨੇ ਮਿੱਟੀ ਦੇ ਭਾਂਡੇ ਵੀ ਇਸਤੇਮਾਲ ਹੁੰਦੇ ਸੀਗੇ ਉਹ ਕਾੜਨੀ ਵਿੱਚ ਤੇ ਉੱਥੋਂ ਦੇ ਉਹ ਬਰਤਨ ਨਹੀਂ ਨੇ ਦੁਨੀਆ ਭਰ ਦੇ ਹੋਣੇ ਤੇ ਦਾਲ ਨਾ ਕਾੜਨੀ 'ਚ ਬਣਾਉਣੀ ਅੱਛਾ ਉਹ ਪਸਰੂਰ ਦੀਆਂ ਕਾੜਨੀਆਂ ਮਸ਼ਹੂਰ ਸੀ ਪਸਰੂਰ ਦੀਆਂ ਕਾੜਨੀਆਂ ਮਸ਼ਹੂਰ ਸੀ ਅੱਛਾ ਉੱਥੋਂ ਲੋਕ ਸਾਡੀ ਮਾਮੀ ਜਦੋਂ ਰਲ ਪੈਂਦੀ ਜਾਂਦੀ ਉੱਥੋਂ ਲੈ ਕੇ ਜਾਂਦੀ ਪਸਰੂਰ ਤੋਂ ਅੱਛਾ ਹਾਂ ਉੱਥੇ ਤਾਂ ਘਰ ਵੀ ਵਿਕਦੀਆਂ ਹੋਣੀਆਂ ਉਹਨਾਂ ਦੇ ਸਿਆਲਕੋਟ ਤੱਕ ਜਾਂਦੀਆਂ ਹੋਣੀਆਂ ਠੀਕ ਹੋ ਗਿਆ ਠੀਕ ਹੋ ਗਿਆ ਫਿਰ ਜਦੋਂ ਦੀਵਾਲੀ ਆਉਂਦੀ ਨਾ ਹਾਂਜੀ ਫਿਰ ਲੋਕ ਸਾਰੇ ਆਪਣੇ ਭਾਂਡੇ ਬਾਹਰ ਕੱਢ ਕੇ ਫਿਰ ਉਹ ਝੂਰੀਆਂ ਹੁੰਦੀਆਂ ਸੀ ਹਾਂਜੀ ਉਹ ਮਾਂਜਾਂ ਲਾਉਂਦੀਆਂ ਸੀ ਅੱਛਾ ਇਮਲੀ ਲਿਆ ਕੇ ਚਮਕਾਉਣੇ ਅੱਛਾ ਦੀਵਾਲੀ ਦੇ ਭਾਂਡੇ ਚਮਕਾ ਕੇ ਫਿਰ ਅੰਦਰ ਰੱਖਦੇ ਨੇ ਇਸ ਤੋਂ ਬਾਅਦ ਉਂਝ ਖਾਣ ਪੀਣ ਵਿੱਚ ਗਏ ਬਰਤਨ ਯੂਜ ਕਰਦੇ ਸੀ ਪਰ ਮਾਤਾ ਜੀ ਤੁਸੀਂ ਕਹਿ ਰਹੇ ਹੋ ਕਿ ਪਿੱਤਲ ਦੇ ਭਾਂਡੇ ਬੜੇ ਇਸਤੇਮਾਲ ਹੁੰਦੇ ਸੀਗੇ ਤੇ ਫਿਰ ਭਾਂਡਿਆਂ ਨੂੰ ਕਲਈ ਕਰਨ ਦਾ ਵੀ ਕੋਈ ਸਿਸਟਮ ਸੀਗਾ ਉੱਥੇ ਹਾਂ ਕਲੀ ਹੁੰਦੇ ਸੀ ਭਾਂਡੇ ਅੱਛਾ ਪਿੱਤਲ ਦੇ ਕਹਿਣ ਦੇ ਭਾਂਡੇ ਨਹੀਂ ਕਿ ਕਲੀ ਹੁੰਦੇ ਅੱਛਾ ਜੀ ਤੇ ਪਿੱਤਲ ਦੇ ਹੁੰਦੇ ਸੀ ਤੇ ਕਲੀ ਕਰਨ ਕੋਈ ਆਉਂਦਾ ਸੀਗਾ ਹਾਂ ਗਲੀ 'ਚ ਆਉਂਦੇ ਸੀ ਕਲੀ ਕਰਨ ਵਾਲੇ ਓਕੇ ਤੇ ਉਹ ਕੌੜੀ ਦੇ ਹਿਸਾਬ ਨਾਲ ਇੱਕ ਵੀ ਚੀਜ਼ਾਂ ਦੀ ਇੱਕ ਕੌੜੀ ਹੁੰਦੀ ਹੈ ਨਾ ਕੌੜੀ ਦੇ ਹਿਸਾਬ ਨਾਲ ਹੁੰਦੀ ਸੀ ਉਹਦਾ ਅੱਛਾ 20 ਭਾਂਡੇ ਕਲਈ ਕਰਾਂਗੇ ਤੇ ਉੱਥੇ ਤਾਂ ਉਹ ਦਿੱਲੀ ਆ ਕੇ ਅਸੀਂ 2 ਰੁਪਏ ਦਿੰਦੇ ਰਹੇ ਹਾਂ ਡੇਢ ਦੋ ਤੇ ਉੱਥੇ ਮੇਰੇ ਕੋਲ ਰੁਪਇਆ ਹੀ ਹੁੰਦਾ ਹੋਏਗਾ 20 ਭਾਂਡਿਆਂ ਦਾ ਇੱਕੋ ਹੀ ਦਾ ਰੁਪਇਆ ਜਾਂ ਜੋ ਵੀ ਸੀਗਾ ਠੀਕ ਹੈ ਠੀਕ ਹੈ ਛੋਟੇ ਵੱਡੇ ਸਾਰੇ ਤੇ ਮਾਤਾ ਜੀ ਤੁਸੀਂ ਜਦੋਂ ਮਿੱਟੀ ਦੇ ਭਾਂਡਿਆਂ ਦੀ ਗੱਲ ਹੋਈ ਤੇ ਟਿੰਡਾਂ ਵੀ ਹੁੰਦੀਆਂ ਸੀ ਖੂਹਾਂ ਵਿੱਚ ਇਹ ਮੇਰੇ ਕਹਿਣ ਦਾ ਮਤਲਬ ਹੈ ਕਿ ਕਿਲੇ ਘੁਮਿਆਰ ਲੋਕ ਵੀ ਸੀਗੇ ਹਾਂ ਉਹਨਾਂ ਛੋਟਾ ਇੱਕ ਛੋਟਾ ਮਹੱਲਾ ਸੀ ਛੋਟਾ ਜਿਹਾ ਘੁਮਿਆਰਾਂ ਦਾ ਮਹੱਲਾ ਪਰ ਕੱਚੇ ਮਕਾਨ ਆਪਣੇ ਮਕਾਨ ਉਹਨਾਂ ਵਿੱਚ ਆ ਜਾਂਦੇ ਕੱਚੇ ਕੱਚੇ ਕਿਸ ਪਾਸੇ ਸੀਗਾ ਘੁਮਿਆਰਾਂ ਦਾ ਮਹੱਲਾ ਸਾਡਾ ਉੱਥੇ ਨਾਲ ਹੀ ਸੀ ਅਤੇ ਉਹ ਇੱਕ ਘੁਮਿਆਰਾਂ ਦਾ ਹੁੰਦਾ ਕਰਤਾਰ ਸੀ ਉਹ ਵੀ ਮੇਰੇ ਭਰਾ ਵੱਡੇ ਨਾਲ ਪੜ੍ਹਦਾ ਹੁੰਦਾ ਸੀ ਅੱਛਾ ਕਰਤਾਰ 8ਵੀਂ ਤਾਂ ਘਰੋਂ ਪੜ੍ਹਿਆ ਮੇਰੇ ਕੋਲ 10ਵੀਂ ਨਹੀਂ ਉਹਨੇ ਕੀਤੀ ਹੋਸਟਲ 'ਚ ਕਿੱਥੇ ਰਿਹਾ ਹੋਣਾ ਗਾਜ਼ੀਆਬਾਦ ਨੌਕਰੀ ਕੀਤੀ ਆ ਕੇ ਕਿਹੜੇ ਮਹਿਕਮੇ 'ਚ ਇਹ ਨਹੀਂ ਪਤਾ ਗਾਜ਼ੀਆਬਾਦ ਤੋਂ ਆਉਂਦਾ ਹੁੰਦਾ ਅੱਛਾ ਮਿਲਣ ਆਉਂਦਾ ਠੀਕ ਹੋ ਗਿਆ ਹਿੰਦੂ ਹੋਏਗਾ ਹਾਂਜੀ ਮੁਸਲਮਾਨ ਹੁੰਦਾ ਤਾਂ ਉੱਥੇ ਰਹਿੰਦਾ ਨਹੀਂ ਨਹੀਂ ਕਰਤਾਰ ਤੇ ਹਿੰਦੂ ਹੈ ਤੇ ਮਾਤਾ ਜੀ ਜਿਹੜੇ ਗੰਗਾ ਭਿਸ਼ਨ ਮਰਵਾਏ ਸੀਗੇ ਇਹ ਕਦੀ ਮਿਲੇ ਦਿੱਲੀ ਆ ਕੇ ਤੁਹਾਨੂੰ ਹਾਂ ਉਹ ਤਾਂ ਮਿਲੇ ਨੇ ਉਹ ਤਾਂ ਉਹ ਸੁਖਦੇਵ ਜੀ ਤਾਂ ਬਹੁਤ ਤੁਹਾਨੂੰ ਮਿਲਿਆ ਉਹ ਕਿੱਥੇ ਦਿੱਲੀ ਆ ਕੇ ਸੈਟਲ ਹੋਏ ਕੀ ਕੰਮ ਕੀਤਾ ਉਹਨਾਂ ਉਹ ਤਾਂ ਪਹਿਲੇ ਹੀ ਸੈਟਲ ਸੀ ਦਿੱਲੀ ਜਦੋਂ ਪਾਕਿਸਤਾਨ ਤੋਂ ਪਹਿਲੇ ਸੁਖਦੇਵ ਉਹ ਨੌਕਰੀ ਕਰਦਾ ਸੀ
ਇਹ ਮੈਨੂੰ ਨਹੀਂ ਪਤਾ ਕਿਹੜੇ ਮਹਿਕਮੇ 'ਚ ਨੌਕਰੀ ਕਰ, ਸਰਕਾਰੀ ਨੌਕਰੀ ਸੀ ਉਹਦੀ। ਠੀਕ ਹੋ ਗਿਆ, ਇਹ ਦੇਵਨਗਰ ਰਹਿੰਦਾ ਸੀ, ਅਸੀਂ ਤਾਂ ਇਹਦੇ ਘਰ ਬਰਸਾਲੇ ਨਾਲ ਬੜਾ ਪਿਆਰ ਸੀ ਉਹਦਾ। ਅੱਛਾ, ਸੁਖਦੇਵ ਦਾ। ਉਹਦੀ ਵਾਈਫ ਵੀ ਸੰਕਤਰੇ ਦੀ ਸੀ, ਨਹੀਂ ਸੰਕਤਰੇ ਦੀ ਨਹੀਂ, ਉੱਧਰ ਜਿਹੜਾ ਕੰਜਰੂਰ ਕੰਜਰੂਰ ਦੀ ਸੀ। ਅੱਛਾ, ਕੰਜਰੂਰ ਦੀ ਸੀ। ਸਵਰਨਾ माता जी, तुसी अपने पिछले इंटरव्यू च जिक्र किया सी डॉक्टर मालती सीगे, जिन्होंने कुत्ता भी पालिया था सी सरकारी डिस्पेंस। हाँ, काला कुत्ता सीगा। काला कुत्ता सी, और ना पता है कुत्ते दा? मैं दा ब्लैकी। अच्छा, ब्लैकी सी। ब्लैकी, ओ ब्लैक कलर दा सी, छोटा जिहा सी। कमाल है, तुहानू बंदियां दे वी नाम ने ते याद ने ते जानवर असीं बुलांदे हुंदे सी ना। ब्लैकी सीगा। जदों शामी सैर करन जांदी ना, हां जी, ओ फिर सारे गली दी कहिंदी सानू मैनूं बुला लिया करो, असीं बच्चे नूं आवाज़ मार देना। अच्छा, ब्लैकी ब्लैकी ते ओ फिर मां ओ मालती डॉक्टर ओ चैनल बन के लेके जांदे सी अपने पालतू। नहीं, नहीं मैनूं याद। ठीक हो गया। अच्छा, ब्लैकी दा तुसीं नाम दस्सदा? ब्लैकी याद है, कुत्ते दी शक्ल भी याद है, छोटा जिहा कुत्ता। कमाल है, तुसीं कुत्तियां दे नाम याद करा दे, तुहाडी मेमोरी। ओहदे ना जट वाला कुत्ता हुंदा ना, जे काफी बाल सी, बाल सी, जट वाला सीगा, छोटे छोटे कद। ओके, समझ गया, पोमेरियन टाइप, पोमेरियन वाइट हुंदा है, ब्लैक सीगा। अच्छा, ते माता जी डॉक्टर मालती ते सरकारी डॉक्टर सीगे, कई लोग प्राइवेट प्रैक्टिस भी करदे ने। साडे उते प्राइवेट भी डॉक्टर सी। अच्छा, एक ना साईंदास डॉक्टर, साईंदास। अच्छा, डॉक्टर ईश्वरदास, डॉक्टर चंदर से पता नहीं ईश्वरदास, पर ईश्वर सी। डॉक्टर साईंदास ते डॉक्टर ईश्वर चंदर या ईश्वरदास, ਇਹ ਦੋਨੋਂ ਕਿੱਥੇ ਪ੍ਰੈਕਟਿਸ ਕਰਦੇ ਸੀ? ਸਾਡੇ ਬਾਜ਼ਾਰ ਦੇ ਵਿੱਚ ਸੀ ਇਹਨਾਂ ਦੀ, ਤਕਰੀਬਨ ਨਾਲ ਨਾਲ ਇੱਕ ਦੋ ਦੁਕਾਨਾਂ ਛੱਡ ਕੇ ਵਿੱਚ ਦੁਕਾਨ ਸੀ, ਕਲੀਨਿਕ ਸੀਗਾ ਇਹਨਾਂ ਦਾ ਉੱਥੇ, ਦੁਕਾਨ ਟਾਈਪ। ਹਾਂਜੀ, ਸਮਝ ਗਿਆ। ਤੇ ਕੋਈ ਕੰਪਾਊਂਡਰ ਜਾਂ ਨਰਸ ਵਗੈਰਾ ਵੀ ਸੀਗੀ ਇਹਨਾਂ ਦੇ ਕਲੀਨਿਕ ਵਿੱਚ? ਨਹੀਂ, ਇਹਨਾਂ ਦੇ ਨਹੀਂ। ਠੀਕ ਹੋ ਗਿਆ, ਬਹੁਤ ਅੱਛਾ ਨਾਂ ਗਿਣਾਇਆ ਤੁਸੀਂ। ਤੇ ਮਾਤਾ ਜੀ, ਜਿੱਦਾਂ ਪਿੰਡਾਂ 'ਚ ਜਾਂ ਕਸਬਿਆਂ 'ਚ ਪਹਿਲੇ ਦੇਸੀ ਇਲਾਜ ਕਰਨ ਵਾਲੇ ਹਕੀਮ ਵੈਦ ਵੀ ਹੁੰਦੇ ਸੀ? ਹਾਂ, ਉਹ ਵੀ ਸਾਡੇ ਦੁਕਾਨ ਆਇਆ ਸੀ। ਸੀਗਾ? ਅੱਛਾ, ਕੌਣ ਸੀਗੇ ਤੁਹਾਡੇ? ਪ੍ਰਭਾਕਰ ਸੀ, ਪਤਾ ਨਹੀਂ ਉਹਦੀ ਜਾਤ ਸੀ, ਪ੍ਰਭਾਕਰ ਕੇ ਨਾਂ ਸੀ। ਪ੍ਰਭਾਕਰ ਵੀ ਦੁਕਾਨ ਤੇ ਜਾਂਦੇ ਹੁੰਦੇ? ਜਾਂਦੇ ਸੀਗੇ, ਕਿਉਂਕਿ ਮੇਰੀ ਭੈਣ ਦੇ ਕੰਨ ਵਿੱਚ ਬੜੀ ਦਰਦ ਹੁੰਦੀ ਹੁੰਦੀ ਸੀ, ਤੇ ਉਹ ਡਰਦੀ ਹੁੰਦੀ ਸੀ, ਤੇ ਫਿਰ ਇੱਕ ਉਹ ਕਹਿੰਦਾ ਮੈਂ ਤੇਰਾ ਇੰਝ ਕਰਨਾ, ਕੰਨ ਵੱਢ ਕੇ ਰੱਖ ਲੈਣਾ, ਤੇ ਫਿਰ ਠੀਕ, ਜਦੋਂ ਠੀਕ ਹੋ ਜਾਏਗਾ ਤੈਨੂੰ ਲਾ। ਫਿਰ ਉਹ ਡਰ ਗਈ, ਫਿਰ ਉਹ ਡਰ ਗਈ। ਹਾਂਜੀ, ਅਤੇ ਉਹ ਫਿਰ ਕਹਿੰਦੀ ਨਹੀਂ ਨਹੀਂ ਮੇਰਾ ਕੰਨ ਨਾ ਕੱਟੋ, ਮੈਂ ਆਪੇ ਹੀ ਆ ਜਾਇਆਗਾ। ਇੱਕ ਵਾਰੀ ਨਾ ਮੈਂ ਤੇ ਮੇਰੇ ਸਾਹਮਣੇ ਇੱਕ ਮੁੰਡਾ ਸੀ ਛੋਟਾ ਜਿਹਾ, ਉਹ ਸੋਨੀਆ ਦਾ ਵੀਰ ਸੀ ਉਹਦਾ ਨਾਂ, ਅਤੇ ਉਹ ਕੰਨ ਮੈਂ ਮੂੰਹ 'ਚ ਪਾਇਆ ਦਾ ਚੁਬਿਆ, ਤਾਂ ਮੇਰੇ ਕੋਲ ਆਪੇ, ਮੈਨੂੰ ਅਜੇ ਤੱਕ ਯਾਦ ਆ, ਤਾਂ ਮੈਂ ਝੂਸਾ ਨਾਲ ਲਾ ਦਿੱਤਾ, ਮੈਨੂੰ ਇੰਨੇ ਰਾਮੇ ਨੇ ਮੇਰੇ ਗਲੇ 'ਚ ਚੁਬਿਆ, ਅਤੇ ਉਹ ਕਾਫੀ ਜ਼ਖਮ ਆ। ਅੱਛਾ, ਚਲਾ ਗਿਆ, ਇੰਨਾ ਦਰਦ ਹੋਏ। ਅਤੇ ਮੇਰੀ ਭਾਬੀ ਜੀ, ਭਾਬੀ ਕਹਿੰਦੇ ਮੇਰੀ ਦਾਦੀ ਗਈ, ਮਾਂ ਮੇਰੀ ਕਹਿੰਦੀ, ਮੇਰੀ ਮਾਂ ਤਾਂ ਜਾਂਦੀ ਨਹੀਂ ਸੀ, ਦਾਦੀ ਜਾਂਦੀ ਸੀ, ਕਿੱਥੇ ਜਾਣਾ ਹੁੰਦਾ। ਅੱਛਾ ਜੀ, ਕਹਿੰਦੇ ਜਾ ਡਾਕਟਰ ਨੂੰ ਦਿਖਾ ਲਿਆ ਬੇਬੇ, ਅਤੇ ਉਹ ਗਈ, ਕਹਿੰਦੀ ਐਵੇਂ ਜਲ ਜਲ, ਉਹ ਕਹਿੰਦੇ ਨਾ ਮਾਤਾ ਜੀ ਇਹ ਜਰਾ ਤਾਂ ਨਹੀਂ, ਕਾਫੀ ਚੁਬਿਆ ਹੋਇਆ ਗਾ। ਅੱਛਾ, ਇਹਦੇ ਵਿੱਚ ਤੇ ਉੱਥੇ ਦਵਾਈ ਤਾਂ ਮੈਨੂੰ ਜ਼ਿਆਦਾ ਇਸ਼ਰਦਾਸ ਦੀ ਦੁਕਾਨ 'ਤੇ ਦਵਾਈ ਲਿੱਤੀ, ਉਹਨੇ ਦਵਾਈ ਦਿੱਤੀ ਸੀਗੀ। ਹਾਂਜੀ, ਠੀਕ ਹੈ, ਤੇ ਤੁਹਾਨੂੰ ਡਾਂਟਣਾ ਪਏ, ਤੇ ਤੁਸੀਂ ਸੋਨੀਆ ਦੇ ਮੁੰਡੇ ਦਾ ਨਾਂ ਲਾ, ਉਹਨੂੰ ਵਿਚਾਰੇ ਨੂੰ ਆਪਣੀ ਮਾਂ ਕੋਲੋਂ ਡਾਂਟ ਪੈ ਗਈ। ਕੋਈ ਗੱਲ ਨਹੀਂ ਬੱਚੇ, ਕਿਉਂਕਿ ਸਾਡੇ ਭਾਬੀ ਜੀ ਗੁੱਸੇ ਹੁੰਦੇ ਸੀ ਨਾ, ਤੁਸੀਂ ਚੋਟ ਕਿਉਂ ਲਵਾ ਕੇ ਲਿਆਏ ਹੋ? ਅੱਛਾ ਜੀ, ਅਸੀਂ ਇਸ ਡਰਦੇ ਮਾਰੇ ਉਹ ਬੱਚੇ ਦੂਜੇ ਦਾ ਨਾਂ ਦੂਜੇ ਨੂੰ ਡਾਂਟ ਪਵਾ ਦੇ। ਕੋਈ ਗੱਲ, ਹੁਣ ਸੋਚਦੀ ਹਾਂ ਬਈ ਸਾਨੂੰ ਵੀ ਮਿਲਿਆ। ਚਲੋ ਕੋਈ ਗੱਲ ਨਹੀਂ, ਹੁਣ ਤੁਸੀਂ ਬੱਚੇ ਨਿਦਾਨ ਹੁੰਦੇ ਨੇ। ਤੇ ਉਹ ਕਿੰਨੀ ਫੀਸ ਲੈਂਦੇ ਸੀ, ਇਹ ਤਾਂ ਨਹੀਂ ਪਤਾ ਹੋਣਾ? ਨਾ, ਫੀਸਾਂ ਫੀਸਾਂ ਤਾਂ ਥੋੜ੍ਹੀਆਂ ਹੀ ਹੁੰਦੀਆਂ ਜੀ, ਚੇਂਜ ਇੰਨਾ ਤਾਂ ਮੈਨੂੰ ਪਤਾ ਨਹੀਂ, ਪਰ ਉੱਥੇ ਕਿੱਥੇ ਪੈਸੇ ਰੁਪਈਆਂ ਦੀ ਤਾਂ ਗੱਲ ਹੀ ਨਹੀਂ ਸੀ ਹੁੰਦੀ, ਆਂਢੀਆਂ ਗੁਆਂਢੀਆਂ 'ਚ ਗੱਲਾਂ ਚੱਲਦੀਆਂ ਹੁੰਦੀਆਂ। ਠੀਕ ਹੋ ਗਿਆ ਮਾਤਾ ਜੀ, ਅਤੇ ਨਾਵਾਂ ਦੀ ਗੱਲ ਚੱਲੀ ਹੈ, ਅਤੇ ਤੁਹਾਡੇ ਜਿਹੜੇ ਪਿਤਾ ਜੀ ਸੀ, ਕੋਈ ਉਹਨਾਂ ਦਾ ਦੋਸਤ ਵੀ ਹੋਣਗੇ? ਹਾਂ, ਦੋਸਤ ਬਥੇਰੇ ਹੋਣਗੇ, ਪਰ ਸਾਡੇ ਗਲੀ 'ਚ ਤਾਂ ਗੱਲਬਾਤ ਨਹੀਂ ਸੀ, ਉਹ ਕਰਦੇ ਹੁੰਦੇ ਬਾਹਰ ਜਾਂਦੇ, ਬਾਜ਼ਾਰ 'ਚ ਤਾਂ ਉਹ ਜਾਂਦੇ ਹੁੰਦੇ ਸੀ। ਅੱਛਾ, ਉਹ ਲਾਇਬ੍ਰੇਰੀ ਜ਼ਰੂਰ ਜਾਂਦੇ ਸੀ, ਉੱਥੇ ਫਿਰ ਸਾਰੇ ਮਿਲ ਕੇ ਹੋਰ ਇੱਕ ਅੱਧਿਆਂ ਦਾ ਮੈਨੂੰ ਯਾਦ ਵੀ ਹੈ, ਇੱਕ ਗਾਰਡ ਸੀ, ਰਿਟਾਇਰ ਗਾਰਡ। ਅੱਛਾ, ਉਹਦੇ ਦੋ ਕੁੜੀਆਂ ਸੀ, ਲੜਕਾ ਕੋਈ ਨਹੀਂ ਸੀ। ਅੱਛਾ ਜੀ, ਅਤੇ ਉਹਨੇ ਇੱਕ ਆਪਣੀ ਛੋਟੀ ਕੁੜੀ ਆਪਣੇ ਕੋਲ ਰੱਖੀ ਹੋਈ ਸੀ, ਉਹਨੂੰ ਦੁਕਾਨ ਪਾ ਕੇ ਦਿੱਤੀ ਹੋਈ ਸੀ ਕਰਿਆਨੇ ਦੀ। ਜਿਹੜੇ ਗਾਰਡ ਸੀਗੇ, ਇਹਨਾਂ ਦਾ ਨਾਂ ਕੀ ਸੀਗਾ? ਇਹਦਾ ਨਾਂ ਸੀ ਦੌਲਤ ਰਾਮ। ਦੌਲਤ ਰਾਮ ਜੀ,
ਖਤਰੀ ਸੀਗੇ ਕੌਣ ਸੀ ਨਹੀਂ ਉਹ ਤਾਂ ਬ੍ਰਹਮ ਸਾਡੇ ਜਾਤ ਦੇ ਸਨ ਤੁਹਾਡੀ ਬਰਾਦਰੀ ਦੇ ਸੀ ਦੌਲਤ ਰਾਮ ਜਵਾਈ ਸੀ ਤੇ ਬਦਰੀ ਦਾਸ ਉਹ ਗਾਰਡ ਸੀ ਜਿਹੜਾ ਬਦਰੀ ਦਾਸ ਗਾਰਡ ਸੀ ਜਿਹੜਾ ਉਹਨਾਂ ਦਾ ਸਹੁਰਾ ਅੱਛਾ ਜੀ ਉਹ ਸੀ ਤੇ ਕੁੜੀਆਂ ਵੀ ਸੀ ਕੁੜੀਆਂ ਦਾ ਕੀ ਨਾਂ ਸੀਗਾ ਬਦਰੀ ਦਾਸ ਉਹਦੀ ਕੁੜੀ ਦਾ ਨਾਂ ਛੋਟੀ ਦਾ ਰਾਮ ਪਿਆਰੀ ਸੀ ਤੇ ਵੱਡੀ ਦਾ ਨਾਮ ਨਹੀਂ ਯਾਦ ਨਹੀਂ ਪਰ ਉਹਦੀਆਂ ਉਦੋਂ ਉਹਦੀਆਂ ਦੋਤਰੀਆਂ ਦਾ ਯਾਦ ਹੈਗਾ ਅੱਛਾ ਉਹਦਾ ਨਾਂ ਹੈਗਾ ਸੀ ਦਰਸ਼ਨਾ ਸੀ ਨਾ ਹਾਂਜੀ ਹਾਂ ਦਰਸ਼ਨ ਦਰਸ਼ਨਾ ਸੀਗਾ ਠੀਕ ਹੋ ਗਿਆ ਮਾਂ ਜੀ ਅਤੇ ਅੱਛਾ ਨਾਂ ਦੱਸਿਆ ਮਾਤਾ ਜੀ ਬੱਚਿਆਂ ਦਾ ਹੋਰ ਵੀ ਬੜੇ ਲੋਕਾਂ ਤੋਂ ਵਾਸਤਾ ਪੈਂਦਾ ਡੇ ਟੂ ਡੇ ਜਿੱਦਾਂ ਮੂੰਗਫਲੀ ਤੇ ਖੈਰ ਤੁਹਾਡੇ ਕਿਲੇ ਨਹੀਂ ਹੁੰਦੀ ਸੀ ਰੇਵੜੀ ਗੱਚਕ ਵੇਚਣ ਵਾਲੇ ਆਉਂਦੇ ਨੇ ਹਾਂ ਗਲੀਆਂ ਚ ਆਉਂਦੇ ਹੁੰਦੇ ਸੀ ਸਾਡੇ ਹੀ ਕਹਿੰਦਾ ਹੁੰਦਾ ਸੀ ਮਹਿੰਗੀ ਲੈ ਕੇ ਆਉਂਦਾ ਸੀ ਅੱਛਾ ਤੇ ਉਹਦਾ ਨਾਂ ਹਜ਼ਾਰਾ ਸੀ ਅੱਛਾ ਜੀ ਹਜ਼ਾਰਾ ਆ ਗਿਆ ਸੀ ਰੌਲਾ ਪਾ ਦਿੰਦੇ ਨਾ ਖਾਣ ਜੋ ਦਾ ਉਹਨੇ ਉਹ ਦਾਲ ਫੁਲੀਆਂ ਖੀਰ ਛੋਲੇ ਲੈ ਲਓ ਅੱਛਾ ਜੀ ਉਹਦੇ ਕੋਲ ਲੈਂਦੇ ਹੁੰਦੇ ਸੀ ਓਕੇ ਇੱਕ ਤੁਸੀਂ ਹਜ਼ਾਰੇ ਦਾ ਨਾਂ ਦੱਸਿਆ ਦੂਜਾ ਮਾਂ ਜੀ ਕੋਈ ਹੋਰ ਕੁਲਫੀ ਵਗੈਰਾ ਵੇਚਣ ਵਾਲਾ ਕੋਈ ਆਂਦਾ ਹੋਵੇ ਹਾਂ ਤੇ ਉਹਨੂੰ ਬਰਫ ਬੋਲਦੇ ਹਨ ਪਰ ਹੈ ਤੇ ਬੜੀ ਟੇਸਟੀ ਹੁੰਦੀ ਸੀ ਅੱਛਾ ਜੀ ਪਰ ਚਾਕੂ ਨਾਲ ਕੱਟ ਕਰਕੇ ਥੋੜੀ ਥੋੜੀ ਪੱਤਿਆਂ ਤੇ ਦਿੰਦਾ ਹੁੰਦਾ ਸੀ ਸਵਰਨ ਵਰਦੀ ਵਾਲਾ ਸਵਰਨ ਉਹ ਵੀ ਆਂਦੇ ਸੀ ਰੇੜੀ ਚ ਨਾ ਰੇੜੀ ਤੇ ਨਹੀਂ ਚੁੱਕ ਕੇ ਐਡੀ ਅੱਜ ਸਾ ਬਾਲਟੀ ਹੈ ਨਾ ਹਾਂਜੀ ਐਡੀ ਕੋਨੇ ਇੱਥੇ ਕਾਚੀ ਚ ਮਾਰੀ ਹੁੰਦੀ ਤੇ ਉਹ ਅੱਛਾ ਮਤਲਬ ਗਲੀ ਚ ਆ ਕੇ ਵੇਚਦੇ ਸੀਗੇ ਸਵਰਨ ਜੀ ਸੀਗੇ ਕਿਲੇ ਦੇ ਹੀ ਹੈ ਲੋਕ ਹਾਂ ਉੱਥੇ ਖੂਹ ਤੇ ਹੀ ਬਣਦੀ ਹੁੰਦੀ ਸੀ ਪਤਾ ਨਹੀਂ ਅੱਛਾ ਠੰਡੀ ਉੱਥੋਂ ਪਤਾ ਠੰਡੀ ਕਿ ਕਿਸ ਤਰ੍ਹਾਂ ਪਰ ਉੱਥੇ ਹੀ ਰਹਿੰਦੇ ਹੁੰਦੇ ਸੀ ਠੀਕ ਹੋ ਗਿਆ ਅਤੇ ਕੋਈ ਉਹ ਵੀ ਚੱਲਦੀ ਸੀ ਕੋਈ ਠੰਡਾ ਵਗੈਰਾ ਸ਼ਰਬਤ ਜਾਂ ਬੰਟੇ ਦੀ ਬੋਤਲ ਹਾਂ ਬੋਤਲ ਬੰਟੇ ਦੀ ਬੋਤਲ ਤਾਂ ਉੱਥੇ ਮਸ਼ਹੂਰ ਸੀ ਅੱਛਾ ਹਾਂ ਉੱਥੇ ਸਾਡਾ ਇੱਕ ਉਹ ਸੀ ਉਹ ਕੀ ਬੋਲਾ ਚੂਰ ਸੀਗੇ ਮੇਰੇ ਮੇਰੇ ਹਾਂਜੀ ਮੇਰੇ ਸੀ ਅੱਛਾ ਸ਼ੰਕਰ ਸੀ ਉਹਦਾ ਨਾਂ ਓਕੇ ਸ਼ੰਕਰ ਵੇਚਦਾ ਸੀਗਾ ਸ਼ੰਕਰ ਉਹਦੀ ਦੁਕਾਨ ਸੀ ਕਿੱਥੇ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਅੱਛਾ ਤੇ ਪਾਨ ਵੀ ਵੇਚਦਾ ਹੁੰਦਾ ਸੀ ਅੱਛਾ ਸ਼ੰਕਰ ਪਾਨ ਵੀ ਚੱਲਦਾ ਸੀਗਾ ਕਿਲੇ ਪਾਨ ਚੱਲਦਾ ਹੀ ਹੋਏਗਾ ਤਾਂ ਜਿਹੜਾ ਵੇਚਦਾ ਹੋਏਗਾ ਅੱਛਾ ਅੱਛਾ ਪਰ ਮੈਨੂੰ ਇੰਨਾ ਮੈਨੂੰ ਨਹੀਂ ਪਤਾ ਪਰ ਉਹਦੀ ਦੁਕਾਨ ਤੇ ਹੁੰਦਾ ਸੀ ਅੱਛਾ ਪਾਨ ਹੁੰਦਾ ਸੀ ਤੇ ਬੋਤਲਾਂ ਵੇਚਦਾ ਸੀ ਬੰਟੇ ਵਾਲੀ ਅੱਛਾ ਜੀ ਤੇ ਉਹਦੇ ਦੋ ਮੁੰਡੇ ਸਨ ਇੱਕ ਦਾ ਵੱਡਾ ਉਹਦਾ ਮੁੰਡਾ ਉਹਦਾ ਨਾਂ ਚਿਮਨ ਸੀ ਉਹ ਗੁੰਗਾ ਸੀ ਬੋਲ ਨਹੀਂ ਸਕਦਾ ਸੀ ਉਹ ਬੋਲ ਨਹੀਂ ਸੀ ਸਕਦਾ ਤੇ ਛੋਟਾ ਉਹਦਾ ਉਹ ਮੋਹਨ ਸੀ ਅੱਛਾ ਚਿਮਨ ਤੇ ਮੋਹਨ ਦੋ ਮੁੰਡੇ ਸੀ ਤੁਹਾਡੀ ਉਮਰ ਦੇ ਸੀਗੇ ਨਹੀਂ ਮੈਂ ਤਾਂ ਛੋਟੀ ਸੀ ਉਹ ਜਵਾਨ ਸਨ ਉਹ ਜਵਾਨ ਸੀਗੇ ਉਹ ਨਾ ਜਵਾਨ ਸੀ ਤੇ ਉਹਦੀ ਉਹਨਾਂ ਔਰਤ ਜਿਹੜੀ ਸੀ ਨਾ ਕੇਸਰੀ ਉਹਦਾ ਨਾਂ ਕੇਸਰੀ ਸੀ ਉਹ ਪੱਠੀ ਢਾਂਦੀ ਸੀ ਸਾਡੀ ਗਲੀ ਵਿੱਚ ਅੱਛਾ ਉਹ ਪਠਿਆਰਨ ਸੀਗੀ ਹਾਂ ਉਹ ਪੱਠੀ ਅਸੀਂ ਉੱਥੇ ਦਾਣੇ ਬਣਾਉਣ ਜਾਂਦੇ ਹੁੰਦੇ ਸਾਡੀ ਗਲੀ ਵਿੱਚ ਸੀ ਦਾਣੇ ਮੱਕੀ ਦੇ ਦਾਣੇ ਬਣਾਉਂਦੇ ਸੀਗੇ ਦਾਣੇ ਛੋਲੇ ਜੋ ਕਿਸੇ ਨੇ ਬਣਾ ਛੋਲੇ ਵੀ ਪਕਾਣਾ ਤੇ ਕਣਕ ਵੀ ਬਣਾਉਂਦੇ ਸੀਗੇ ਕਣਕ ਨਹੀਂ ਕਣਕ ਨਹੀਂ ਬਣਾਉਂਦੇ ਮਕਾਈ ਮੱਕੀ ਦੇ ਮੱਕੀ ਜ਼ਿਆਦਾ ਚੱਲਦੀ ਸੀਗੀ ਅੱਛਾ ਵਿੱਚ ਉਹ ਗੋਲੇ ਬਰਫ ਦੇ ਵਿੱਚ ਆਉਂਦੇ ਸੀ ਬਰਫ ਲੈ ਕੇ ਉਹਨੂੰ ਕਿਸ ਕੇ ਉਹਦੇ ਉੱਤੇ ਰੰਗ ਪਾਉਣਾ ਲਾਲ ਗੁਲਾਬੀ ਤੇ ਹਰਾ ਜਿਹੜਾ ਬੱਚਿਆਂ ਨੂੰ ਚੰਗਾ ਲੱਗਣਾ ਕਹਿਣਾ ਉਹ ਰੰਗ ਮਾਂ ਜੀ ਦਰਜੀ ਵਗੈਰਾ ਵੀ ਸੀਗੇ ਉੱਥੇ ਕੋਈ ਅੱਛਾ ਦਰਜੀ ਸੀ ਕੋਈ ਨਾਂ ਵਗੈਰਾ ਯਾਦ ਹੋਏ ਨਹੀਂ ਨਾਂ ਮੈਨੂੰ ਨਹੀਂ ਯਾਦ ਤਾਂ ਇੱਕ ਦਰਜਿਆਨੀ ਦਾ ਤਾਂ ਮੈਂ ਕੱਲ੍ਹ ਦੱਸਿਆ ਤੁਹਾਨੂੰ ਲਾਲ ਦੇਈ ਲਾਲ ਦੇਈ ਸੀਗੀ ਜਿਹੜੀ ਅੱਛਾ ਆਮ ਕੱਪੜੇ ਸਿੰਦੀ ਹੁੰਦੀ ਸੀ ਜਨਾਨੀਆਂ ਦੇ ਸਿੰਦੀ ਸੀ ਤੇ ਸਾਡੀ ਮਾਂ ਵੀ ਆਪੀ ਸਿੰਦੀ ਸੀ ਪਰ ਜਦੋਂ ਕੋਈ ਬੋਸਕੀ ਬਾਸਕੀ ਦਾ ਸਵਾਣਾ ਤੇ ਉਹ ਫਿਰ ਮੁਸਲਮਾਨ ਉੱਥੇ ਲੇਡੀਜ਼ ਹੁੰਦੀਆਂ ਸੀ ਉਹ ਆਪਣੇ ਘਰ ਕੱਪੜੇ ਸਿਉਂਦੀਆਂ ਉਹਨਾਂ ਕੋਲ ਸਵਾਉਂਦੇ ਸਨ ਅੱਛਾ ਜਿਹੜਾ ਮਹਿੰਗਾ ਕੱਪੜਾ ਹੁੰਦਾ ਸੀ ਅੱਛੀ ਕੁਆਲਿਟੀ ਦਾ ਉਹ ਕਿੱਥੇ ਸੀਗੀ ਮੁਸਲਮਾਨ ਲੇਡੀਜ਼ ਜਿਹੜੀ ਗਲੇ ਘਰ ਵਿੱਚ ਹੀ ਸਿਉਂਦੀਆਂ ਹੁੰਦੀਆਂ ਕੁਝ ਅੰਦਾਜ਼ਾ ਕਿਸ ਪਾਸੇ ਉਹਨਾਂ ਦੇ ਘਰ ਸੀਗੇ ਨਹੀਂ ਉਹ ਜਿੱਦਾਂ ਉਹਨਾਂ ਦੀ ਮਸਜਿਦ ਸੀ ਨਾ ਉੱਥੇ ਉਸੇ ਪਾਸੇ ਜਿੱਥੇ ਸ਼ੀਆ ਮਸਜਿਦ ਸੀਗੀ ਇਮਾਮ ਗਾਹ ਸੀਗੀ ਜਿੱਥੇ ਉਧਰ ਹੀ ਸੀ ਉਹਨਾਂ ਦੇ ਘਰ ਮਾਰਕੀ ਉਹਨਾਂ ਇੰਨਾ ਯਾਦ ਨਹੀਂ ਪਰ ਇਹ ਪਤਾ ਅਸੀਂ ਦੇਣ ਜਾਂਦੇ ਹੁੰਦੇ ਸੀ ਨਾ ਹਾਂਜੀ ਤੇ ਫਿਰ ਤਾਂ ਪਤਾ ਵੀ ਉਹਨਾਂ ਨੇ ਕਰ ਉਹ ਸ਼ੀਆ ਮਸਜਿਦ ਵਾਲੀ ਸਾਈਡ 'ਚ ਲੇਡੀਜ਼ ਸੀਗੀਆਂ ਜਿਹੜੀਆਂ ਕੱਪੜੇ ਸਿਲਦੀਆਂ ਸੀ ਆਪਣੇ ਘਰਾਂ 'ਚ ਘਰਾਂ 'ਚ ਅੱਛਾ ਅੱਛੇ ਸਿਲਦੀਆਂ ਹੁੰਦੀਆਂ ਸੀ ਤਾਂ ਹੀ ਓਕੇ ਤੇ ਪੈਸੇ ਤਾਂ ਤੁਹਾਨੂੰ ਪਤਾ ਨਹੀਂ ਹੋਣਾ ਕਿ ਨਹੀਂ ਪੈਸੇ ਉਦੋਂ ਥੋੜ੍ਹੇ ਥੋੜ੍ਹੇ ਹੀ ਚੱਲ ਆਦਮੀ ਕੋਈ ਦਰਜੀ ਪਤਾ ਜਿਹੜੇ ਆਦਮੀ ਦੇ ਕੱਪੜੇ ਆਦਮੀਆਂ ਦਾ ਦਰਜੀ ਤਾਂ ਮੈਨੂੰ ਪਤਾ ਸੀਗਾ ਕੋਈ ਕਿੱਥੇ ਸੀਗੇ ਆਦਮੀ ਉਹ ਤਾਂ ਮਾਰਕੀਟ ਬਾਜ਼ਾਰ 'ਚ ਸੀਗੇ ਦੁਕਾਨ ਉਹਨਾਂ ਦੀ ਮੁਸਲਮਾਨ ਸੀਗੇ ਮੁਸਲਮਾਨ ਹੀ ਹੁੰਦੇ ਆ ਅੰਦਾਜ਼ਾ ਤੁਹਾਨੂੰ ਹੈ ਕਿ ਮੁਸਲਮਾਨ
ਤੇ ਮੋਚੀ ਵਗੈਰਾ ਜੁੱਤੇ ਚੱਪਲਾਂ ਵੀ ਚਾਹੀਦੀਆਂ ਹੁੰਦੀਆਂ ਨੇ? ਦੁਕਾਨ ਤੇ ਹੈ ਸੀ ਜਦੋਂ ਅਸੀਂ ਚੱਪਲ ਲੈਣੀ ਹੁੰਦੀ ਸੀ ਸਾਡੇ ਪਿਤਾ ਜੀ ਨਾਲ ਲੈ ਜਾਂਦੇ ਉਹ ਜਿਹੜਾ ਦੁਕਾਨਦਾਰ ਸੀ ਉਹ ਸਾਡਾ ਨਾਪ ਲੈ ਲੈਂਦਾ ਫਿਰ ਅਸੀਂ ਬਣੀਆਂ ਹੋਈਆਂ ਉਹ ਲੈ ਆਉਂਦੇ ਉਹਦੇ ਕੋਲ ਦੁਕਾਨ ਤੋਂ ਤੇ ਪਰ ਸਾਨੂੰ ਮੋਚੀ ਹੋਣਗੇ ਪਰ ਮੈਨੂੰ ਇੰਨਾ ਨਹੀਂ ਪਤਾ ਤੇ ਅੱਛਾ ਤੇ ਜਿਹਨਾਂ ਨੂੰ ਤੁਸੀਂ ਨਾਪ ਦੇ ਕੇ ਆਉਂਦੇ ਸੀਗੇ ਉਹ ਚਮੜੇ ਦੀ ਚੱਪਲ ਬਣਾ ਕੇ ਦਿੰਦੇ ਸੀ ਤੁਹਾਨੂੰ? ਚਮੜੇ ਦੀਆਂ ਚੱਪਲ ਚਮੜੇ ਦੇ ਚੱਲਦੇ ਸੀਗੇ। ਠੀਕ ਹੋ ਗਿਆ। ਮੁਸਲਮਾਨ ਸੀਗੇ ਇਹਨਾਂ? ਮੁਸਲਮਾਨ ਸੀ, ਮੁਸਲਮਾਨ ਸੀਗੇ। ਮੇਨ ਮਾਰਕੀਟ 'ਚ ਸੀਗੇ ਕਿਲੇ ਦੀ? ਠੀਕ ਹੋ ਗਿਆ। ਅਤੇ ਮਾਤਾ ਜੀ ਕੋਈ ਹੋਰ ਨਾਂ ਤੁਹਾਨੂੰ ਯਾਦ ਆ ਰਿਹਾ ਹੋਵੇ ਕਿਲੇ ਦਾ? ਕਿਲੇ ਦਾ ਪ੍ਰਿਥਵੀ ਰੰਗ? ਹਾਂਜੀ ਹਾਂ, ਹੋਰ ਕਿਆ। ਉਹ ਤਾਂ ਬਹੁਤ ਸਾਡੇ ਪੜੋਸ ਵੀ ਸੀ ਸਨ, ਮੇਰੀ ਭੈਣ ਦੀ ਸਹੇਲੀ ਵੀ ਸੀ ਉਹਨਾਂ ਦੀ। ਅੱਛਾ। ਅਤੇ ਉਹ ਇੱਥੇ ਸਾਡੇ ਦਿੱਲੀ ਵਿੱਚ ਹੀ ਨੇ, ਕਰੋਲ ਬਾਗ। ਅੱਛਾ। ਪ੍ਰਿਥਵੀ ਦੋ ਭਰਾ ਉਹਨਾਂ ਦੀ ਦੁਕਾਨ ਹੈ, ਪ੍ਰਿਥਵੀ ਅਤੇ ਕਸਤੂਰੀ। ਕਸਤੂਰੀ ਪ੍ਰਿਥਵੀ ਅਤੇ ਕਸਤੂਰੀ। ਇਹ ਕੌਣ, ਇਹ ਕਿਹੜੀ ਬਰਾਦਰੀ ਤੋਂ ਸੀਗੇ? ਅਰੋੜੇ। ਅਰੋੜਾ ਲਿਖਦੇ ਸੀ, ਮਹਾਜਨ ਲਿਖਦੇ ਸੀ? ਨਹੀਂ, ਅਰੋੜਾ ਮਿਲਖ ਲਿਖ। ਅੱਛਾ, ਠੀਕ ਹੋ ਗਿਆ। ਅਰੋੜਾ ਲਿਖਦੇ ਆ, ਮੈਨੂੰ ਪਤਾ ਨਹੀਂ ਮਹਾਜਨ, ਇੰਨਾ ਯਾਦ ਨਹੀਂ। ਇੱਕੋ ਹੀ ਗੱਲ ਹੈ, ਉਹ ਤੇ ਸਿਆਲਕੋਟ ਵਾਲੇ ਪਾਸੇ ਅਰੋੜਿਆਂ ਨੂੰ ਮਹਾਜਨ ਕਹਿ ਕੇ ਬੁਲਾਉਂਦੇ ਨੇ, ਲਿਖਦੇ ਨੇ। ਤੇ ਇਹ ਤੁਹਾਡੇ ਘਰ ਦੇ ਨੇੜੇ ਸੀਗਾ ਇਹਨਾਂ ਦਾ ਘਰ? ਹਾਂ, ਹੈ ਨੇੜੇ ਹੀ ਸੀ, ਇੱਛਾ ਕਰਕੇ ਗਲੀ ਵਿੱਚ। ਮੇਰੀ ਇਹਨਾਂ ਦੀ ਭੈਣ ਸੀ ਇੱਕ ਸੋਮਾ, ਉਹ ਮੇਰੀ ਵੱਡੀ ਭੈਣ ਦੀ ਸਹੇਲੀ ਸੀ। ਅੱਛਾ। ਉਹ ਦਰਾਂਗਲੇ ਵੀ ਆਈ ਹੋਈ ਸੀ ਗੁਰਦਾਸਪੁਰ ਦੇ ਕੋਲ, ਕੋਈ ਦਰਾਂਗਲਾ ਦਰਾਂਗਲਾ ਉੱਥੇ ਵੀ ਆਈ ਹੋਈ ਸੀ। ਅੱਛਾ। ਅਤੇ ਉਹ ਸਾਡੇ ਘਰ ਇੱਥੇ ਆਈ ਵੀ ਸੀ ਕਰੋਲ ਬਾਗ। ਅੱਛਾ। ਉਹਨੂੰ ਪਤਾ ਲੱਗਾ ਬਈ ਇੱਥੇ ਰਹਿੰਦੇ ਨੇ ਅਤੇ ਫਿਰ ਉਹਦੇ ਭਰਾ ਨੇ। ਮਾਂ ਜੀ ਪਹਿਲੇ ਦਾਈਆਂ ਦਾ ਵੀ ਬੜਾ ਅਹਿਮ ਕਿਰਦਾਰ ਹੁੰਦਾ ਸੀਗਾ, ਅਤੇ ਕਿਲੇ ਜਚਕੀ ਕਰਾਉਣ ਵਾਸਤੇ ਕੋਈ ਦਾਈ ਸੀਗੀ ਤੁਹਾਨੂੰ ਯਾਦ? ਹਾਂ, ਉੱਥੇ ਜ਼ਿਆਦਾਤਰ ਕੋਈ ਹੋਸਪਿਟਲ ਵਗੈਰਾ ਲੇਡੀਜ਼ ਥੋੜ੍ਹੀ ਜਾਂਦੀਆਂ ਸੀ, ਕੋਈ ਹੁੰਦੀ ਸੀ। ਉਹਦਾ ਨਾਂ ਹਲਵਾਨੋ ਸੀ। ਹਲਵਾਨੋ? ਹਲਵਾਨੋ, ਉਹ ਹੀ ਉੱਥੋਂ ਦੀ ਮਸ਼ਹੂਰ ਇੱਕੋ ਹੀ ਦਾਈ ਸੀ। ਅੱਛਾ। ਅੱਛੀ ਹੱਟੀ ਕੱਟੀ। ਅੱਛਾ। ਹਾਂ, ਕੀ ਉਮਰ ਹੋਣੀ? ਸੱਠ 65 ਸਾਲ ਦੀ ਤਾਂ ਹੋਣੀ ਹੈ ਮੇਰੇ ਖਿਆਲ ਉਦੋਂ। ਅੱਛਾ ਜੀ। ਪਰ ਮੈਨੂੰ ਪੂਰਾ ਐਗਜੈਕਟ ਤਾਂ ਨਹੀਂ ਪਤਾ, ਪਰ ਇੰਨੀ ਹੋਏਗੀ। ਉਹ ਹੀ ਕਰਾਂਗੀ, ਉਹ ਹੀ ਸਭ ਦਾ ਕਰਾਂਗਾ, ਕਿਉਂਕਿ ਅਸੀਂ ਆਪਣੀ ਦਾਦੀ ਦੇ ਨਾਲ ਘੁੰਮਦੇ ਰਹਿੰਦੇ ਨਾ, ਅਤੇ ਸਾਡੀ ਦਾਦੀ ਫਿਰ ਉਹਨਾਂ ਨੂੰ ਹੁਣ ਪੁੱਛ ਨਹੀਂ ਕਿਸੇ ਦਾ ਬੱਚਾ, ਕਹਿੰਦੇ ਕਿ ਪੈਦਾ ਕਰਾ ਕੇ ਆਈ, ਨਹੀਂ ਤਾਂ ਮੈਨੂੰ ਉਹ ਪਰਛਾਵਾਂ ਦੇ ਦੇਣਗੀ। ਤਾਂ ਸਾਨੂੰ ਉਹਦਾ ਨਾਂ ਯਾਦ ਹੈ, ਹਲਵਾਨੋ। ਅੱਛਾ ਅੱਛਾ ਅੱਛਾ। ਤੇ ਹਲਵਾਨੋ ਮਾਤਾ ਜੀ ਮੁਸਲਮਾਨ ਸੀ? ਹਾਂ, ਮੁਸਲਮਾਨ। ਅੱਛਾ ਅੱਛਾ, ਠੀਕ ਹੋ ਗਿਆ। ਇਹ ਮੁਸਲਮਾਨ ਹੀ ਹੁੰਦੀਆਂ ਸੀ ਦਾਈਆਂ ਮੇਰੇ ਕੋਲ। ਅੱਛਾ। ਹਿੰਦੂ ਮੈਂ ਕੋਈ ਦੇਖੀ ਸੁਣੀ ਨਹੀਂ। ਦਾਦੀ ਵਹਿਮ ਕਰਦੀ ਸੀ ਕਿ ਉਹ ਬੜੀ ਵਹਿਮਨ ਸੀ ਕਿ ਬੱਚਾ ਕਰਾ ਕੇ ਆਇਆ ਤਾਂ ਉਹ ਕਿਹਾ ਪਰਛਾਵਾਂ ਦੇ ਦੇਣਗੇ, ਅਸ਼ੁੱਧ ਹੋ ਜਾਂਦਾ ਉਹਨਾਂ ਦੇ ਹਿਸਾਬ ਤੋਂ ਹੁੰਦਾ। ਚਲੋ, ਉਹ ਦਾਦੀ ਦੀ ਸੋਚ ਸੀ ਤਾਂ ਹੀ ਨਾ ਫਿਰ ਸਾਨੂੰ ਉਹ ਨਾਂ ਯਾਦ ਨਹੀਂ। ਹਾਂ, ਤੁਹਾਨੂੰ ਫਾਇਦਾ ਵੀ ਹੋਇਆ ਦਾਦੀ ਦੀ ਸਾਨੂੰ ਯਾਦ ਯਾਦ। ਠੀਕ ਹੋ ਗਿਆ, ਲੱਗਦਾ ਤੁਸੀਂ ਜ਼ਿਆਦਾ ਰਹਿੰਦੇ ਸੀ ਤਾਂ ਹੀ ਤਾਂ। ਉਹ ਜਿੱਦਾਂ ਵੇਲੇ ਜਿੱਦਾਂ ਦਾਦੀ ਨੇ ਜਾਣਾ ਸੀ ਉਹਦੇ ਨਾਲ ਫਿਰਦੇ ਰਹਿਣਾ, ਤਾਂ ਹੀ ਫਿਰ ਉਹਦੇ ਮਾਂ ਸਾਡੀ ਤਾਂ ਬਾਹਰ ਕਿਤੇ ਜਾਂਦੀ ਨਹੀਂ ਸੀ ਹੁੰਦੀ। ਅੱਛਾ। ਦਾਦੀ ਹੀ ਜਾਂਦੀ ਸੀ ਕਿਤੇ ਜਾਣਾ, ਮਾਂ ਘੱਟ ਨਿਕਲਦੀਆਂ ਸੀ, ਮੂੰਹਾਂ ਨਹੀਂ ਸੀ ਨਿਕਲਣ ਦਿੰਦਾ। ਅੱਛਾ। ਅਤੇ ਮਾਤਾ ਜੀ ਤੁਹਾਡੀ ਹੋਰ ਕੋਈ ਨਾਂ ਯਾਦ ਹੋਏ? ਜਿਹੜੀ ਪਹਿਲੇ ਡਰਾਈ ਲੈਟਰਿਨਸ ਹੁੰਦੀਆਂ ਸੀਗੀਆਂ, ਕਸਬਾ ਸੀਗਾ। ਹਾਂਜੀ। ਅਤੇ ਸਾਫ਼ ਸਫਾਈ ਵਾਸਤੇ ਜਮਾਦਾਰ ਨਹੀਂ ਆਉਂਦੀ ਹੁੰਦੀ ਸੀ ਸਾਡੇ ਘਰ। ਅੱਛਾ। ਹਾਂ, ਉਹਦਾ ਨਾਂ ਉਹ ਬੇਗਮ, ਉਹਦਾ ਨਾਂ ਸੀ ਬੇਗਮ ਸੀ, ਬੇਗਮ ਜੀ ਉਹ ਆਉਂਦੀ ਹੁੰਦੀ ਸੀ ਸਾਡੇ ਘਰ। ਅੱਛਾ। ਹਾਂ, ਦਾਣੇ ਵੀ ਕਣਕ ਜਦੋਂ ਆਟਾ ਪਸਵਾਉਣਾ ਹੁੰਦਾ ਸੀ ਤੇ ਫਿਰ ਉਹ ਕਣਕ ਤੇ ਆਪਣੇ ਜਨਾਨੀਆਂ ਆਪ ਹੀ ਨਹੀਂ ਸੀ ਕਰਦੀਆਂ, ਉੱਥੇ ਹੁਕਮੀ ਮਾਸ਼ੀ ਆ ਉਹਨੂੰ ਕਹਿੰਦੇ ਹੁੰਦੇ, ਤੇ ਸਾਡੀ ਮਾਂ ਨੇ ਕਹਿਣਾ ਜਾ ਹੁਕਮੀ ਮਾਸ਼ੀ ਨੂੰ ਬੁਲਾ ਲਿਆ, ਸਾਡੀ ਕਣਕ ਸਾਫ਼ ਕਰ ਦਿਆ, ਤੇ ਫਿਰ ਅਸੀਂ ਜਾਂਦੇ ਸੀ, ਸਾਨੂੰ ਤਾਂ ਉਹਦਾ ਨਾਂ ਯਾਦ ਆ। ਮੈਨੂੰ ਹੁਣ ਹੀ ਯਾਦ ਆ ਗਿਆ ਇਹਨਾਂ, ਇਹਦਾ ਰੈਫਰੈਂਸ ਲਿਆ ਦਿਮਾਗ ਚ ਆ ਗਿਆ, ਉਸ ਪਾਸੇ ਆਉਂਦੀ ਹੁੰਦੀ ਸੀ। ਵੈਰੀ ਗੁੱਡ।
ਬੇਗਮ ਦਾ ਪਤਾ ਹੈ ਬੇਗਮ ਕਿੱਥੇ ਬੇਗਮ ਤੇ ਉਹਨਾਂ ਦੀ ਅਲੱਗ ਹੀ ਹੁੰਦੀ ਸੀ ਉਹਨਾਂ ਚ ਠੱਠੀ ਬੋਲਦੇ ਸਨ ਸਾਡੇ ਪਾਸੇ ਜਿਹੜਾ ਚੂੜਿਆਂ ਦਾ ਮਹੱਲਾ ਹੁੰਦਾ ਨਹੀਂ ਉਹ ਜਮਾਦਾਰਾਂ ਦਾ ਮਹੱਲਾ ਹੁੰਦਾ ਨਾ ਵਾਲਮੀਕੀ ਕਹਿੰਦਾ ਹੈ ਜਾਂ ਹਾਂਜੀ ਹਾਂ ਇਹ ਨਹੀਂ ਸ਼ਬਦ ਕਹਿੰਦਾ ਮਾਤਾ ਜੀ ਤੇ ਠੀਕ ਹੋ ਗਿਆ ਇਹ ਜਿਹੜੇ ਹੈ ਵਾਲਮੀਕੀ ਸੀਗੇ ਜਾਂ ਈਸਾਈ ਜਿਹੜੇ ਸੀਗੇ ਇਹਨਾਂ ਦਾ ਮਹੱਲਾ ਠੱਠੀ ਕਿੱਥੇ ਸੀ ਅਲੱਗ ਸੀ ਪਹਿਲਾਂ ਜਾ ਕੇ ਸੀ ਸਾਡੇ ਪਿੰਡ ਤੋਂ ਬਾਹਰ ਸੀ ਪਿੰਡ ਤੋਂ ਬਾਹਰ ਸੀਗੇ ਅੱਛਾ ਅੱਛਾ ਠੀਕ ਹੋ ਗਿਆ ਮਾਤਾ ਜੀ ਬਹੁਤ ਅੱਛੇ ਤੇ ਮਤਲਬ ਦੱਖਣ ਵਾਲੇ ਪਾਸੇ ਸੀ ਪਿੰਡ ਤੋਂ ਬਾਹਰ ਡਾਇਰੈਕਸ਼ਨ ਦਾ ਆਈਡੀਆ ਹੋਏਗਾ ਮੇਰੇ ਘਰ ਨਾਰਥ ਵਾਲਾ ਪਿੰਡ ਹੈ ਨਾਰਥ ਵਾਲਾ ਨਾਰਥ ਐਪ ਹੈ ਹਾਂ ਇਸ ਪਾਸ ਦਿਸ ਇਜ਼ ਐ ਨਾਰਥ ਹੋਇਆ ਆਹੋ ਇਧਰ ਇਧਰ ਹੋਣਾ ਚਾਹੀਦਾ ਨਾਰਥ ਵਾਲੇ ਪਾਸੇ ਠੀਕ ਹੈ ਤੁਹਾਡੇ ਪਿੱਛੇ ਚੜ੍ਹਦਾ ਪਾਸਾ ਹੈ ਹਾਂਜੀ ਠੀਕ ਹੋ ਗਿਆ ਮਾਤਾ ਜੀ ਤੇ ਮਾਤਾ ਜੀ ਤੁਸੀਂ ਦੱਸਿਆ ਆਪਣੇ ਪੁਰਾਣੇ ਇੰਟਰਵਿਊਸ ਚ ਤੁਸੀਂ ਰਾਵਲਪਿੰਡੀ ਵੀ ਰੈਗੂਲਰਲੀ ਜਾਂਦੇ ਸੀ ਤੁਹਾਡੇ ਮਾਮਾ ਜੀ ਉੱਥੇ ਰਹਿੰਦੇ ਸੀ ਤੇ ਅਸੀਂ ਬੜਾ ਆਂਦੇ ਅੰਮ੍ਰਿਤਸਰ ਵੀ ਜਾਂਦੇ ਸੀ ਤੁਹਾਡੇ ਮਾਤਾ ਜੀ ਉੱਥੋਂ ਸੌਦਾ ਲੈ ਕੇ ਆਉਂਦੇ ਸੀ ਤੇ ਫਿਰ ਮਾਤਾ ਜੀ ਸਟੇਸ਼ਨ ਤੋਂ ਚੜ੍ਹਨਾ ਸਮਾਨ ਦੇ ਨਾਲ ਬੱਚਿਆਂ ਦਾ ਨਾਲ ਤੇ ਘਰ ਆਉਣਾ ਤੇ ਕੋਈ ਕੁਲੀ ਵਗੈਰਾ ਵੀ ਸੀਗਾ ਕਿਲੇ ਸਟੇਸ਼ਨ 'ਚ ਨਾ ਉਂਝ ਕੁਲੀ ਨਹੀਂ ਸੀ ਹੁੰਦਾ ਜਿਸ ਤਰ੍ਹਾਂ ਆਮ ਸਟੇਸ਼ਨਾਂ ਦੇ ਹੁੰਦੇ ਆ ਇੱਕ ਸਾਡੇ ਕਿਲੇ ਦਾ ਹੀ ਸੀ ਉਹਦਾ ਨਾਮ ਬੂਰਾ ਸੀ ਬੂਰਾ ਹਾਂ ਤੇ ਜੇ ਅਸੀਂ ਜਾਣਾ ਹੁੰਦਾ ਤੇ ਉਹਨੂੰ ਬੁਲਾ ਲੈਂਦੇ ਉਹਦੇ ਘਰੋਂ ਬੁਲਾ ਲੈਂਦੇ ਨਹੀਂ ਤੇ ਉਹ ਤਾਂ ਸਟੇਸ਼ਨ 'ਤੇ ਘੁੰਮਦਾ ਰਹਿੰਦਾ ਸੀ ਹੁਣ ਪਤਾ ਸੀ ਗੱਡੀ ਦਾ ਟਾਈਮ ਹੈ ਇਸ ਵੇਲੇ ਆ ਤੇ ਫਿਰ ਉਹ ਚੁੱਕੇ ਸਾਡੇ ਘਰ ਲਿਆਉਂਦਾ ਹੁੰਦਾ ਸੀ ਉਹ ਛਾ ਹਾਂ ਸਮਾਨ ਉਹ ਛੱਡ ਜਾਂਦਾ ਅਸੀਂ ਤਾਂ ਆਰਾਮ ਨਾਲ ਹੌਲੀ ਹੌਲੀ ਤੁਰਦੇ ਆਉਂਦੇ ਉਹਨੂੰ ਘਰ ਦਾ ਪਤਾ ਸੀ ਉੱਥੇ ਸਮਾਨ ਰੱਖ ਕੇ ਚਲਾ ਜਾਂਦਾ ਅੱਛਾ ਪੂਰਾ ਟ੍ਰੇਨ ਦੇ ਟਾਈਮ ਹਾਂ ਉਹਨੂੰ ਪਤਾ ਸੀ ਇਸ ਵਕਤ ਟ੍ਰੇਨ ਆਣੀ ਹੈ ਤੇ ਫਿਰ ਉਸ ਸਟੇਸ਼ਨ ਹਮੇਸ਼ਾ ਉੱਥੇ ਹੀ ਮਿਲਦਾ ਸੀ ਅੱਛਾ ਪੂਰਾ ਦੱਸਿਆ ਤੁਸੀਂ ਮਗਰ ਬਹੁਤ ਅੱਛੇ ਤੇ ਮਾਤਾ ਜੀ ਕੋਈ ਉੱਥੇ ਛਿੰਬੇ ਵੀ ਸੀਗੇ ਜਿਹੜੇ ਧੋਬੀ ਜਿੱਥੇ ਹਾਂ ਕੱਪੜੇ ਧੋਂਦੇ ਸੀ ਕੱਪੜੇ ਧੋਂਦੇ ਤੁਹਾਡੇ ਕੋਈ ਆਉਂਦਾ ਸੀ ਹਾਂ ਸੀ ਪਰਿਵਾਰ ਵੱਡੇ ਸੀਗੇ ਤੇ ਮਤਲਬ ਪਾਣੀ ਦੀ ਨਹੀਂ ਵਿਵਸਥਾ ਨਹੀਂ ਸੀਗੀ ਤੇ ਇਸ ਕਰਕੇ ਨਹੀਂ ਧੋਬੀ ਤੇ ਆਂਦਾ ਹੁੰਦਾ ਸੀ ਉਹ ਤਾਂ ਚਿੰਬਾ ਜਿਹਨੂੰ ਬੋਲਦੇ ਸਾਡੇ ਅਸੀਂ ਤਾਂ ਧੋਬੀ ਹੀ ਬੋਲਦੇ ਹੁੰਦੇ ਸਾਂ ਧੋਬੀ ਬੋਲਦੇ ਸੀ ਤੁਸੀਂ ਹਾਂਜੀ ਅੱਛਾ ਕਿਉਂ ਆਉਂਦਾ ਹੁੰਦਾ ਸੀ ਹਫਤੇ ਦੇ ਹਫਤੇ ਆਉਂਦਾ ਸੀ ਇਹ ਨਾਨੀ ਮੈਨੂੰ ਯਾਦ ਹੈ ਕੋਈ ਹਫਤੇ ਆਉਂਦਾ ਮਹੀਨੇ ਬਾਅਦ ਆਉਂਦਾ ਕਿਉਂਕਿ ਸਾਡੀ ਮਾਂ ਕੱਪੜੇ ਦਿੰਦੀ ਫਿਰ ਉਹ ਲਿਖਦੇ ਨਾ ਇੰਨੇ ਰਿਸ਼ਤੇ ਨੇ ਉਹਨੂੰ ਗਿਣਾ ਕੇ ਤੇ ਫਿਰ ਗਿਣਾ ਕੇ ਵੀ ਲੈ ਲੈਂਦੇ ਅੱਛਾ ਜੀ ਤੇ ਨਾਂ ਨਹੀਂ ਆਤਾ ਨਾਂ ਨਹੀਂ ਆਤਾ ਠੀਕ ਹੋ ਜਾਂਦਾ ਜੀ ਬੜੀ ਇੰਟਰਸਟਿੰਗ ਗੱਲ ਦੱਸੀ ਥੈਂਕ ਯੂ ਅੱਛਾ ਮਾਤਾ ਜੀ ਕਿਲੇ ਦੀ ਗੱਲ ਚੱਲੀ ਹੈ ਤੇ ਤੁਸੀਂ ਤਿਉਹਾਰਾਂ ਦੇ ਬਾਰੇ ਤਾਂ ਕਾਫੀ ਦੱਸਿਆ ਕਿਲੇ ਹਾਂਜੀ ਉਹ ਤਾਂ ਗੱਲ ਹੋ ਗਈ ਪਿਛਲੇ ਇੰਟਰਵਿਊ 'ਚ ਮੇਰੇ ਕਹਿਣ ਦਾ ਮਤਲਬ ਸੀਗਾ ਕਿ ਜਿਹੜੇ ਪੰਜਾਬੀ ਹਿੰਦੂ ਹੁੰਦੇ ਨੇ ਉਹਨਾਂ ਦੇ ਦੋ ਤਿਉਹਾਰ ਬੜੇ ਫੇਮਸ ਨੇ ਦਿੱਲੀ 'ਚ ਵੀ ਪੰਜਾਬੀਆਂ ਨੂੰ ਵੇਖਾ ਵੇਖੀ ਸਾਰੇ ਲੋਕ ਮਨਾਉਂਦੇ ਨੇ ਇੱਕ ਤਾਂ ਕਰਵਾ ਚੌਥ ਹੁੰਦਾ ਲੇਡੀਜ਼ ਜਿਹੜੀਆਂ ਹੁੰਦੀਆਂ ਵਰਤ ਰੱਖਦੀਆਂ ਨੇ ਆਪਣੇ ਹਸਬੈਂਡ ਘਰ ਵਾਲੇ ਦੀ ਲੰਬੀ ਉਮਰ ਦੇ ਲਈ ਹਾਂਜੀ ਤੇ ਉੱਥੇ ਮਨਾਇਆ ਜਾਂਦਾ ਸੀ ਕਰਵਾ ਚੌਥ ਉੱਥੇ ਬੜਾ ਮਨਾਇਆ ਸਭ ਤੋਂ ਵੱਡਾ ਤਿਉਹਾਰ ਹੈ ਨਹੀਂ ਕਹਿੰਦੇ ਹੁੰਦੇ ਸੀ ਕਰਵਾ ਚੌਥ ਨੂੰ ਅੱਛਾ ਤੇ ਅੱਜ ਲੇਡੀਜ਼ ਹੁੰਦੀਆਂ ਸੀ ਉਦੋਂ ਵਰਤ ਰੱਖਦੀਆਂ ਸਵੇਰੇ 4 ਵਜੇ ਉੱਠ ਕੇ ਸਰਦੀ ਖਾਂਦੀਆਂ ਅੱਛਾ ਤੇ ਫਿਰ ਸਾਰਾ ਦਿਨ ਭੁੱਖੀਆਂ ਰਹਿੰਦੀਆਂ ਸ਼ਾਮ ਦੇ ਟਾਈਮ ਉਹ ਫਿਰ ਕਰਵਾ ਉਠਾਉਣ ਜਾਂਦੀਆਂ ਇਹ ਕਿਸੇ ਦਾ ਘਰ ਇੱਕ ਜਿਹਦਾ ਘਰ ਜ਼ਿਆਦਾ ਵੱਡਾ ਹੁੰਦਾ ਸੀ ਸਾਡੇ ਤੋਂ ਸਾਹਮਣੇ ਸੀ ਇੱਕ ਦੁਨੀਆ ਦਾ ਉਹਨਾਂ ਦਾ ਜਿਹੜਾ ਇੱਕ ਕਮਰਾ ਸੀ ਕਾਫੀ ਵੱਡਾ ਸੀ ਉੱਥੇ ਸਾਰੀਆਂ ਲੇਡੀਜ਼ ਆ ਜਾਂਦੀਆਂ ਸੀ ਮਹੱਲੇ ਦੀਆਂ ਆਪਣੇ ਅਲੱਗ ਅਲੱਗ ਮਹੱਲਿਆਂ 'ਚ ਮਨਾਉਂਦੀਆਂ ਸੀ ਸਾਡੀਆਂ ਸਾਡੀਆਂ ਉੱਥੇ ਹੋ ਜਾਂਦੀਆਂ ਇਹਦਾ ਨਾਂ ਗਿਆਨ ਦਾ ਹੀ ਸੀ ਜਿਹਨਾਂ ਦੇ ਘਰ ਮਨਾਉਂਦੇ ਸਮਝ ਗਏ ਇਹਦੇ ਘਰ ਥਾਲੀ ਵਟਾਉਂਦੀਆਂ ਸੀ ਹਾਂ ਵਟਾਉਂਦੀਆਂ ਸੀ ਇੱਥੇ ਜਿੱਦਾਂ ਮੱਕੀਆਂ ਚੱਲਦੀਆਂ ਨੇ ਫੇਣੀਆਂ ਚੱਲਦੀਆਂ ਨੇ ਨਾ ਉੱਥੇ ਨਾ ਜ ਬਦਾਮ ਚੱਲਦੇ ਸਨ ਬਦਾਮ ਚੱਲਦੇ ਸੀ ਹਾਂ ਬਦਾਮ ਦੇ ਮੀਆਂ ਹੁੰਦੇ ਸੀ ਜਨਾ ਬਦਾਮ ਸ਼ੇਰਗੜ ਇੱਥੇ ਮਠੀਆਂ ਮੁਠੀਆਂ ਤੇ ਅਸੀਂ ਦਿੱਲੀ ਚ ਆ ਗਏ ਫੇਣੀਆਂ ਵੀ ਇੱਥੇ ਵੇਖੀਆਂ ਨਹੀਂ ਫੇਣੀਆਂ ਤੇ ਚੱਲਦੀਆਂ ਸੀ ਚੱਲਦੀਆਂ ਸੀ ਉਹ ਸਵੇਰੇ ਖਾਂਦੀਆਂ ਸੀ ਨਾ ਫੇਣੀਆਂ ਸੀ ਹਾਂ ਫੇਣੀਆਂ ਕਿਸ ਦੀ ਦੁਕਾਨ 'ਚ ਮਿਲਦੀਆਂ ਉਹ ਤਾਂ ਹਲਵਾਈਆਂ ਦੀ ਦੁਕਾਨ ਹਲਵਾਈਆਂ ਦੀ ਦੁਕਾਨ ਫੇਨੀਆਂ ਵਗੈਰਾ ਬਣਦੀਆਂ ਹੋਣੀਆਂ ਹੋਰ ਵੀ ਸੀ ਹਲਵਾਈ ਉਹਦਾ ਨਾਂ ਨੀ ਮੈਨੂੰ ਯਾਦ ਗਿਆਨ ਟਾਟੇ ਦਾ ਯਾਦ ਹੈ ਮਾਤਾ ਜੀ ਇੱਕ ਹੋਰ ਤਿਉਹਾਰ ਹੁੰਦਾ ਹੈ ਨਰਾਤੇ ਸਾਲ 'ਚ ਦੋ ਵਾਰੀ ਮਨਾਉਂਦੇ ਹਾਂਜੀ ਤੇ ਉਹਦੇ ਬਾਅਦ ਅਸ਼ਟਮੀ ਵਾਲੇ ਦਿਨ ਅਠਵੇਂ ਦਿਨ ਨੌਵੇਂ ਵਾਲੇ ਦਿਨ ਨੌਵੇਂ ਦਿਨ ਕੰਜਕਾਂ ਜਮਾਉਂਦੇ ਨੇ ਜਾਂਦੇ ਨੇ ਤੇ ਉਹ ਕਿਲੇ ਵੀ ਸੀਗਾ ਬਹੁਤ ਰਿਵਾਜ ਸੀਗਾ ਤੁਸੀਂ ਵੀ ਜਾਂਦੇ ਸੀ ਅਸੀਂ ਤਾਂ ਜਾਂਦੇ ਅਸੀਂ ਉਸ ਦਿਨ ਵੀ ਸਵੇਰੇ ਹੀ ਤਿਆਰ ਹੋ ਜਾਣਾ
ਫਿਰ ਘਰ ਘਰ ਜਾਣਾ, ਕੋਈ ਬੁਲਾਉਣ ਥੋੜ੍ਹੀ ਆਉਂਦਾ ਸੀ। ਅੱਛਾ। ਸਾਰੀਆਂ ਕੁੜੀਆਂ ਇਕੱਠੇ ਮਿਲ ਕੇ ਕਿਤੇ ਘਰ ਜਾਣਾ, ਉੱਥੋਂ ਲੈਣੀ ਕੰਜਕ, ਪਿੱਛੇ ਤੇ ਨਾਲ ਆਪਣੇ ਘਰ ਛੱਡ ਕੇ ਫਿਰ ਦੂਸਰੇ ਘਰ ਦੌੜ ਜਾਂਦੀਆਂ। ਸਾਰਾ ਦਿਨ ਇਹੀ ਕੰਮ ਕਰਦੇ ਰਹੇ। ਅੱਛਾ। ਉਹਦੇ ਜੋ ਇਹ ਪੂਰੀ ਹਲਵਾ ਛੋਲੇ ਮਿਲਦੇ ਸੀ, ਛੋਲੇ ਹਾਂ, ਐਸੇ ਸਟਾਈਲ ਨਾਲ ਬਣਦੇ ਸੀ ਜਿਹੜੇ ਅੱਜ ਖਾਂਦੇ ਹਾਂ। ਹਾਂ, ਅੱਜ ਕੱਲ ਬਣਦੇ ਨੇ। ਓਕੇ। ਤੇ ਉਹਦੇ ਉਸ ਵੇਲੇ ਨਾ ਜ਼ਿਆਦਾਤਰ ਲੇਵਾ ਤੇ ਉਹ ਚਾਰ ਮਗਜ਼ ਕਹਿੰਦੇ ਹੁੰਦੇ ਸੀ। ਉਹ ਮਾਤਾ ਜੀ, ਤੁਸੀਂ ਜਿਹੜੇ ਦਾਣੇ ਘੋੜੇ ਸਾਫ ਕਰਨ ਆਉਂਦੀ ਸੀ ਕਣਕ, ਤੇ ਇਹ ਦਾਣੇ ਆਟਾ ਜਿਹੜਾ ਸੀਗਾ ਕਣਕ ਘਰ ਪੀਸੀ ਜਾਂਦੀ ਸੀ ਜਾਂ ਨਹੀਂ? ਉਹ ਚੱਕੀ ਹੈਗੀ ਸੀ। ਸੀਗੀ? ਹਾਂ। ਅੱਛਾ। ਬਾਜ਼ਾਰ ਦੇ ਵਿੱਚ ਠਠਿਆਰੀ ਮੈਂ ਸੀ ਨਾ ਜਿਹੜਾ, ਉਸ ਪਾਸੇ ਸੀ। ਅੱਛਾ ਜੀ। ਉੱਥੇ ਪਸਵਾਨ ਜਾਂਦੇ ਸੀ, ਉੱਥੇ ਜਾਂਦੇ ਸੀ ਚੱਕੀ ਸੀ। ਮਾਤਾ ਜੀ, ਪਾਰਟੀਸ਼ਨ ਦੀ ਤਾਂ ਗੱਲਾਂ ਤੋਂ ਸਾਡੀਆਂ ਕਵਰ ਹੋ ਹੀ ਗਈਆਂ ਨੇ, ਲੇਕਿਨ ਇੱਕ ਗੱਲ ਤੁਸੀਂ ਦੱਸਦੇ ਸੀਗੇ ਕਿ ਬੜਾ ਵੱਡਾ ਸੇਠ ਸੀਗਾ, ਉਹਦੀ ਗੱਲ ਜਿਹਨੇ ਆਪਣੇ ਪੈਸਿਆਂ ਦਾ ਬੋਰਾ ਬਾਹਰ ਰੱਖ ਦਿੱਤਾ ਸੀਗਾ, ਉਹ ਗੱਲ ਸਾਨੂੰ ਦੱਸੋ। ਉਹਨਾਂ ਇੱਕ ਦੁਕਾਨਦਾਰ ਸੀ, ਉਹ ਸਭ ਤੋਂ ਵੱਡੀ ਦੁਕਾਨ ਸੀ ਉਹਦੀ ਸਾਡੇ ਕਿਲੇ ਬੋਰੀ ਭਰੀ ਹੋਈ ਸਿੱਕਿਆਂ ਦੀ ਬੋਰੀ ਸਿੱਕੇ ਦੇ। ਉਹਨਾਂ ਫਿਰ ਕੀ ਕੀਤਾ, ਘਸੀਟ ਕੇ ਪਤਾ ਨੀ ਕਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਰੱਖਤਾ, ਬਈ ਜਿਹਨੂੰ ਜ਼ਰੂਰਤ ਹੋਏ ਲੈ ਜਾਏ। ਮਤਲਬ ਉਹਦੇ 'ਚ ਇੰਨਾ ਸਮਰਥ ਨਹੀਂ ਸੀਗਾ ਕਿ ਇਹਨਾਂ ਬੋਰੀ ਚੁੱਕੇ ਕੌਣ ਲੈ ਕੇ ਜਾਂਦਾ। ਓਕੇ। ਅਤੇ ਉਹਨੇ ਕਿਹਾ ਵੀ ਚਲੋ ਜਿਹਦੇ ਜਿਹਦੇ ਪਰ ਡਰਦਾ ਕੌਣ ਚੁੱਕਦਾ ਹੋਏਗਾ। ਅੱਛਾ, ਇੱਕ ਬੜੀ ਟ੍ਰੈਜਿਕ ਗੱਲ ਹੈ, ਉਹਦੀ ਸਾਰੀ ਉਮਰ ਦੀ ਕਮਾਈ ਜਿਹੜੀ ਸੀਗੀ ਉਹਨੂੰ ਉਹ ਲੈ ਕੇ ਨਹੀਂ ਜਾ ਸਕਦਾ ਸੀਗਾ, ਅਤੇ ਉਹਨੇ ਸੋਚਿਆ ਕਿ ਚਲੋ ਕਿਸੇ ਦੇ ਕੰਮ ਆ ਜਾਏ, ਕੋਈ ਇੱਕ ਮੁੱਠ ਚੁੱਕ ਲੈ, ਜੇਬ 'ਚ ਪਾ ਲੈ, ਠੀਕ ਹੋ ਗਿਆ। ਮਾਤਾ ਜੀ, ਮਾਤਾ ਜੀ, ਕਿਲੇ ਦੇ ਜਿਹੜੇ ਲੋਕ ਸੀਗੇ ਇਹ ਜ਼ਿਆਦਾ ਆ ਕੇ ਕਿੱਥੇ ਬੈਠੇ ਨੇ, ਤੁਹਾਨੂੰ ਆਈਡੀਆ ਹੈ? ਕਲਾਨੌਰ ਬੈਠੇ ਨੇ, ਗੁਰਦਾਸਪੁਰ ਬੈਠੇ ਆ, ਹੋਰ ਕਲਾਨੌਰ ਗੁਰਦਾਸਪੁਰ ਬੈਠੇ, ਠੀਕ ਹੈ। ਕਾਦੀਆਂ ਵੀ ਬੈਠੇ ਨੇ? ਕਾਦੀਆਂ ਵੀ ਬੈਠੇ ਨੇ। ਓਕੇ। ਦਿੱਲੀ ਵੀ ਕਾਫੀ ਲੋਕ ਆਏ, ਦਿੱਲੀ ਵੀ ਆਏ ਸੀਗੇ। ਮੋਮ ਆਈ ਦੇ ਕੇ ਜਾ, ਦਾੜੀ ਫੁੱਲ ਪਵਾ ਕੇ ਜਾ, ਦਾੜੀ ਤੇਰੀ ਹਰੀ ਭਰੀ, ਫੁੱਲਾਂ ਨਾਲ ਜੜੀ ਭਰੀ, ਫੁੱਲ ਗਏ ਕਮਲਾ ਭਾਈਆ ਪੈਸਾ ਦੇ ਕੇ ਜਾ, ਭਾਈਆ ਪੈਸਾ ਦੇ ਕੇ ਜਾ। ਜੇ ਤਾਂ ਕਿਸੇ ਨੇ ਦੇ ਦੇਣਾ ਚੁੱਪ ਕਰਕੇ ਲੈ ਲੈਣਾ, ਅਤੇ ਜੇ ਨਹੀਂ ਕਿਸੇ ਨੇ ਦੇਣਾ ਤਾਂ ਇੱਕ ਕੁੜੀ ਨੇ ਵਿੱਚ ਬੋਲਣਾ, ਹੁੱਕਾ ਜੀ ਹੁੱਕਾ, ਫਿਰ ਸਾਰਿਆਂ ਨੂੰ ਕਹਿਣਾ।